ਪੌੜੀ ਆਪਿ ਨੈ ਭੋਗ ਭੋਗ ਕੈ ਹੋਏ ਭਸਮੜ ਪੌਰ ਸਦਾਇਆ ਵੱਡਾ ਹੁਆ ਦੁਨੀਦਾਰ ਗਲ ਸੰਗਲ ਘਤ ਚਲਾਇਆ ਅੱਗਾਏ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੁਵਈ ਪੌਂਦੀ ਹੁਣ ਸੁਣੀਏ ਕਿਆ ਰੂ ਆਇਆ ਮਨ ਅੰਦਰ ਜਨਮ ਗਵਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਜੋ ਰਾਗ ਆਸਾ ਦੇ ਵਿੱਚ ਆਪਾਂ ਬੜੇ ਪਿਆਰ ਦੇ ਨਾਲ ਜਿਸ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਾਰ ਦੀ ਆਪਾਂ ਤੁਹਾਡੇ ਨਾਲ 2 ਨੰਬਰ ਪੌੜੀ ਤੱਕ ਜਿਹੜੇ ਸ਼ਲੋਕ ਆਏ ਨੇ ਉਹਨਾਂ ਦੀ ਵਿਚਾਰ ਸਾਂਝੀ ਕਰ ਚੁੱਕੇ ਅੱਜ ਆਪਾਂ 3 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ ਇਹਦੇ ਨਾਲ ਦੋ ਸਲੋਕ ਆਏ ਨੇ ਪਹਿਲੀਆਂ ਜਿਹੜੀਆਂ ਦੋ ਪੌੜੀਆਂ ਨੇ ਇੱਕ ਇੱਕ ਪੌੜੀ ਨਾਲ ਤਿੰਨ ਤਿੰਨ ਸਲੋਕ ਆਏ ਨੇ ਦੋ ਦੋ ਸਲੋਕ ਗੁਰੂ ਨਾਨਕ ਸਾਹਿਬ ਜੀ ਦੇ ਤੇ ਇੱਕ ਇੱਕ ਸਲੋਕ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ 3 ਨੰਬਰ ਪੌੜੀ ਦੇ ਨਾਲ ਦੋਨੋਂ ਸਲੋਕ ਕੀ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਵਿਚਾਰ ਪੌੜੀ ਤੋਂ ਆਰੰਭ ਕਰਦੇ ਆਂ ਤੇ ਪੌੜੀ ਦੀ ਵਿਚਾਰ ਆਪਾਂ ਸਭ ਤੋਂ ਅਖੀਰੀ ਤੁਕ ਤੋਂ ਆਰੰਭ ਕਰਦੇ ਆਂ ਤਾਂ ਕਿ ਸਾਨੂੰ ਸਮਝ ਲੱਗ ਜਾਏ ਗੁਰੂ ਪਾਤਸ਼ਾਹ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਅੱਜ ਆਪਾਂ 3 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ ਅਖੀਰੀਆਂ ਤੁਕਾਂ ਵੱਲ ਧਿਆਨ ਦਿਓ ਮਨ ਅੰਧਾ ਜਨਮ ਗਵਾਇਆ ਮਨ ਅੰਨੇ ਨੇ ਗੁਨਾ ਦਾ ਲੜ ਛੱਡ ਕੇ ਸੱਚਾਈ ਦਾ ਰਸਤਾ ਛੱਡ ਕੇ ਆਪਣਾ ਜਨਮ ਗਵਾ ਲਿਆ ਕਿਉਂਕਿ ਜਿਹੜਾ ਜਨਮ ਚੰਗਾ ਮਾੜਾ ਏ ਸਾਰਾ ਮਨ ਤੇ ਨਿਰਭਰ ਹੈ ਮਨ ਸੱਚ ਨਾਲ ਜੁੜਿਆ ਹੈ ਜੀਵਨ ਚੰਗਾ ਹੈ ਮਨ ਦਾ ਸੱਚ ਨਾਲੋਂ ਨਾਤਾ ਟੁੱਟਾ ਏ ਤੇ ਜੀਵਨ ਮਾੜਾ ਹੈ ਮਾਨੰਦ ਹੈ ਮਾਨੰਦਾ ਵੈਸੇ ਬਾਣੀ ਚ ਜਦੋਂ ਅੰਨੇ ਦੀ ਡੈਫੀਨੇਸ਼ਨ ਵੀ ਦਿੱਤੀ ਉਹ ਇਹੋ ਹੀ ਦਿੱਤੀ ਹੈ ਕਿ ਮਨ ਕਰਕੇ ਅੰਨੇ ਹਮੰਦਲੇ ਅੰਦ ਬਿਖੇ ਬਖਰਾਤੇ ਕਿਉਂ ਚੱਲੈ ਗੁਰ ਚਾਲੀ ਉੱਥੇ ਵੀ ਅੰਨੇ ਦਾ ਅਰਥ ਹੈ ਜਿਹੜਾ ਮਨ ਬੇਸਮਝ ਹੈ ਜਿਹੜਾ ਮਨ ਗੁਨਾ ਤੋਂ ਪਾਸਾ ਵੱਟਦਾ ਹੈ ਜਿਹੜਾ ਮਨ ਚੰਗਿਆਈ ਤੋਂ ਦੂਰੀ ਬਣਾ ਕੇ ਬੈਠਾ ਹੈ ਉਹਨੇ ਆਪਣਾ ਬਹੁਤ ਵਧੀਆ ਜੀਵਨ ਜਿਹੜਾ ਕੀਮਤੀ ਜੀਵਨ ਸੀ ਉਹਨੂੰ ਅਜਾਈਂ ਗਵਾ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋਸੀਂ ਬਚਨ ਪੜ੍ਹਦੇ ਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਹੁਤ ਪਿਆਰਾ ਸ਼ਲੋਕ ਗੁਰਦੇਵ ਜੀ ਸਮਝਾਉਂਦੇ ਨੇ ਮਨੋਂ ਜੇ ਅੰਦੇ ਕੂਪ ਕੂਪ ਦਾ ਅਰਥ ਹੈ ਹਨੇਰੇ ਖੂਜ ਡਿੱਗੇ ਪੈ ਨੇ ਜਿਹੜੇ ਮਨ ਕਰਕੇ ਇਹਨੇ ਨੇ ਉਹ ਇੰਜ ਹੈ ਜਿਵੇਂ ਹਨੇਰੇ ਖੂਜ ਡਿੱਗੇ ਹੋਣ ਮਨੋਂ ਜੇ ਅੰਦੇ ਕੂਪ ਕਹੇ ਆ ਬਿਰਦ ਨਾ ਜਾਣਨੀ ਜਿਹੜੇ ਮਨ ਕਰਕੇ ਹਨੇਰੇ ਖੂਜ ਡਿੱਗੇ ਹੁੰਦੇ ਆ ਨਾ ਤੁਸੀਂ ਉਹਨਾਂ ਨੂੰ ਸਹੀ ਰਸਤਾ ਦੱਸਣ ਦੀ ਵੀ ਕੋਸ਼ਿਸ਼ ਕਰੋ ਨਾ ਉਹ ਸਹੀ ਰਸਤਾ ਸੁਣਨ ਨੂੰ ਤਿਆਰ ਨਹੀਂ ਮਨੋ ਜੰਦੇ ਘੂਪ ਕਹਿਆਂ ਬਿਰਦ ਨਾ ਜਾਣ ਲਈ ਬਿਰਦ ਮੀਨਿੰਗ ਸੁਭਾਅ ਬਿਰਦ ਮੀਨਿੰਗ ਆਪਣਾ ਫਰਜ਼ ਕਹਿੰਦੇ ਤੁਸੀਂ ਇੱਕ ਤੇ ਮੰਨਦੇ ਅੰਨੇ ਨੇ ਦੂਜਾ ਉਹਨਾਂ ਨੂੰ ਕੋਈ ਦੱਸਣ ਦੀ ਕੋਸ਼ਿਸ਼ ਕਰਨਾ ਪਾਈ ਆਹ ਰਸਤਾ ਗਲਤ ਹੈ ਸਹੀ ਹੈ ਉਹ ਕਿਸੇ ਦੇ ਸੁਣੇ ਦਾ ਵੀ ਅਸਰ ਕਬੂਲਤੇ ਨਹੀਂ ਕਿਉਂਕਿ ਮਨ ਕਰਕੇ ਅੰਨੇ ਹੈ ਮਨੰਦੇ ਉਹਦੇ ਕਮਲ ਕਿ ਮੰਨਦੇ ਅੰਦੇ ਹੋਣ ਕਰਕੇ ਹਿਰਦੇ ਦਾ ਕਾਲ ਹਿਰਦੇ ਦਾ ਆੜਾ ਭਾਂਡਾ ਮੁੱਧਾ ਵੱਜਾ ਹੈ ਮਨੰਦ ਹੈ ਉਹਦੇ ਕਮਲ ਦਿਸਣ ਖਰੇ ਕੂਪ ਮਨ ਦੇ ਅੰਨੇ ਹੋਣ ਕਰਕੇ ਉਹ ਕੂਪ ਦਿਸ ਰਹੇ ਨੇ ਬਦ ਸੂਰਤ ਦਿਸਦੇ ਨੇ ਮਨੰਦ ਹੈ ਉਹਦੇ ਕਮਲ ਦਿਸਣ ਖਰੇ ਕੂਪ ਤੇ ਦੂਜੀ ਗੱਲ ਕੀਤੀ ਇੱਕ ਕਹਿ ਜਾਣਨ ਇੱਕ ਹੋਰ ਨੇ ਜਿਹੜੇ ਗੱਲ ਕਹਿਣਾ ਜਾਣਦੇ ਨਾ ਤੇ ਕਹਿਿਆ ਬੁੱਝਣ ਤੇ ਕਿਸੇ ਦੀ ਗੱਲ ਨੂੰ ਬੁੱਝਦੇ ਨੇ ਕੋਈ ਗੱਲ ਨੂੰ ਰਾਹ ਦੱਸਦਾ ਹੈ ਜਾਨੀ ਕਿ ਗੱਲ ਕਰਨੀ ਵੀ ਜਾਣਦੇ ਆ ਤੇ ਗੱਲ ਸੁਣਨੀ ਵੀ ਜਾਣਦੇ ਆ ਰਾਹ ਦੱਸਣਾ ਵੀ ਜਾਣਦੇ ਤੇ ਕੋਈ ਦੱਸੇ ਪਈ ਆ ਰਾਈ ਸਹੀ ਐ ਤੇ ਸੁਣਨਾ ਵੀ ਜਾਣਦੇ ਆ ਇੱਕ ਕਹਿ ਜਾਣਣ ਕਹਿ ਆ ਬੁੱਝਣ ਤੇ ਨਾਰ ਉਹ ਮਨੁੱਖ ਸੁਘੜ ਸਰੂਪ ਉਹ ਸੋਹਣੀ ਘੜਤ ਵਾਲੇ ਨੇ ਤੇ ਇਹ ਕੋ ਨਹੀਂ ਇੱਕ ਨਾ ਨਾਦ ਨਾ ਕਿਸੇ ਸੰਗੀਤ ਦਾ ਗਿਆਨ ਐ ਨਾ ਨੌਲੇਜ ਐ ਇੱਕ ਨਾ ਨਾਦ ਨਾ ਬੇਦ ਨਾ ਕੋਈ ਗਿਆਨ ਐ ਬੇਦ ਮਨ ਗਿਆਨ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਇਸੇ ਸੰਗੀਤ ਦਾ ਕੋਈ ਰਸ ਨਹੀਂ ਹੈ ਸੁਣਨ ਦਾ ਚਸਕਾ ਨਹੀਂ ਹੈ ਕੋਈ ਨੌਲੇਜ ਨਹੀਂ ਹੈ ਵੀ ਮੈਂ ਕੋਈ ਚੰਗੀ ਨੌਲੇਜ ਕੋਈ ਚੰਗਾ ਗਿਆਨ ਕੋਈ ਚੰਗਾ ਸੰਗੀਤ ਜਿਹੜਾ ਮੈਨੂੰ ਚੰਗੇ ਬੰਨੇ ਲੈ ਕੇ ਜਾਵੇ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਨੰਤ ਕੋਈ ਸਚਾਈ ਵਾਲੇ ਬੰਨੇ ਇਹੋ ਜਿਹਾ ਕੋਈ ਰਸ ਨਹੀਂ ਹੈਗਾ ਜ਼ਿੰਦਗੀ 'ਚ ਰਸ ਕਸ ਨਾ ਜਨੰਤ ਇੱਕ ਨਾ ਸਿੱਧ ਵਿਚਾਰਾਂ ਵਿੱਚ ਸਰਲਤਾ ਨਹੀਂ ਹੈ ਇੱਕ ਨਾ ਸਿੱਧ ਨਾ ਬੁੱਧ ਨਾ ਚੰਗੀ ਬੁੱਧ ਦੀ ਸਾਰ ਇੱਕ ਨਾ ਸਿੱਧ ਨਾ ਬੁੱਧ ਨਾ ਅਕਲਸਰ ਅਕਲਸਰ ਨਹੀਂ ਹੈ ਅੱਖਰ ਕਾ ਪਿਓ ਨਾਲ ਹੰਤ ਤੇ ਕੋਈ ਅੱਖਰ ਪੜਨਾ ਲਿਖਣਾ ਵੀ ਨਹੀਂ ਜਾਣਦੇ ਕੋਈ ਨੌਲੇਜ ਵੀ ਐ ਨਹੀਂ ਮਾੜੀ ਮੋਟੀ ਮਹਾਰਾਜ ਕਹੌਣੇ ਕਹਿੰਦੇ ਨਾਨਕ ਤੇ ਨਾਰ ਅਸਲ ਖਾਰ ਤੇ ਨਾਨਕ ਤੇ ਨਾਰ ਅਸਲ ਖਾਰ ਖਾਰ ਮਨ ਖੋਤੇ ਅਸਲ ਖੋਤੇ ਮਹਾਰਾਜ ਉਹ ਖੋਤੇ ਜਿਹੜਾ কুমਹਾਰ ਜਿਹਨਾਂ ਤੇ ਭਾਰ ਲੱਦਦਾ ਮਹਾਰਾਜ ਕਹਿੰਦੇ ਨਹੀਂ ਨਹੀਂ ਉਹ ਤਾਂ কুমਹਾਰ ਦਿਨੇ ਦੇ ਨੇ ਭਾਰ ਲੱਦਦਾ ਹੈ ਜਦੋਂ ਰਾਤ ਨੂੰ ਉਹਨਾਂ ਨੂੰ ਵਾੜੇ 'ਚ ਵਾਰਡ ਹੁੰਦਾ ਉਹ ਤੇ ਰਾਤ ਨੂੰ ਤੇ ਕਮਸ਼ਕਮ ਖਾਲੀ ਹੁੰਦੇ ਨੇ ਅਸਲੀ ਖੋਤੇ ਇਹ ਨੇ ਜਿਹੜੇ ਰਾਤ ਨੂੰ ਔਗਣਾ ਦਾ ਵੀ ਭਾਰ ਲੈ ਕੇ ਹੁੰਦੇ ਨੇ ਉਹ ਤਾਂ ਖੋਤੇ 2 ਘੰਟੇ ਭਾਰ ਚੱਕਦੇ 8 ਘੰਟੇ ਭਾਰ ਚੱਕਦੇ 2000 ਘੰਟੇ ਤਾਂ ਭਾਰ ਲੈਂਦਾ ਨਾ ਪਰ ਇਹ ਅਸਲੀ ਖੋਤੇ ਨੇ ਜਿਹੜੇ ਬਿਨ ਗੁਣ ਗਰਭ ਕਰਨ ਨਾਨਕ ਤੇ ਨਾਰੇ ਅਸਲ ਖਰ ਵੈਸੇ ਹੰਕਾਰ ਤੇ ਗੁਣਾ ਦਾ ਵੀ ਨਹੀਂ ਕਰਨਾ ਚਾਹੀਦਾ ਪਰ ਇਹੋ ਜਿਹੇ ਤੁਹਾਨੂੰ ਜ਼ਿੰਦਗੀ 'ਚ ਬੰਦੇ ਮਿਲੇ ਹੋਣਗੇ ਜਿਨ੍ਹਾਂ ਨੂੰ ਆਪਣੇ ਔਗਣਾ ਦਾ ਵੀ ਹੰਕਾਰ ਹੁੰਦਾ ਆਪਣੀ ਬੱਤਮੀਜੀ ਦਾ ਵੀ ਹੰਕਾਰ ਹੁੰਦਾ ਕਿ ਸਾਡੇ ਵਰਗਾ ਬੱਤਮੀਜ ਕੋਈ ਨਹੀਂ ਸਾਡੇ ਵਰਗਾ ਜਾਲ ਤੇ ਗਵਾਰ ਕੋਈ ਨਹੀਂ ਸਾਡੇ ਵਰਗਾ ਠੱਗ ਕੋਈ ਨਹੀਂ ਸਾਡੇ ਵਰਗਾ ਲੁਟੇਰਾ ਕੋਈ ਨਹੀਂ ਸਾਡੇ ਵਰਗਾ ਦੂਜਿਆਂ ਨੂੰ ਉਲੂ ਬਣਾਉਣ ਵਾਲਾ ਕੋਈ ਨਹੀਂ ਇਹਦਾ ਵੀ ਹੰਕਾਰ ਹੁੰਦਾ ਕਈਆਂ ਨੂੰ ਨਾਨਕ ਤੇ ਨਾਰਿਆਸਲ ਖਾਰ ਹੇ ਨਾਨਕ ਅਸਲ ਖਾਰ ਹੋਨੇ ਅਸਲੀ ਖੋਤੇ ਹੋਨੇ ਹੁਣ ਸੁਣਿਓ ਮਹਾਰਾਜ ਨੇ ਕਿਹੜਾ ਪਿਆਰਾ ਬਚਨ ਕਿਹਾ ਨਾਨਕ ਤੇ ਨਾਰੇ ਅਸਲ ਖਰ ਜੇ ਬਿਨ ਗੁਣ ਗਰਭਕਰੰਤ ਜਿਹੜੇ ਬਿਨਾ ਗੁਣਾ ਤੋਂ ਗਰਭ ਕਰਦੇ ਹੰਕਾਰ ਕਰਦੇ ਕਿਉਂਕਿ ਮਨੋ ਜਨ ਦੇ ਹੂਪ ਮਨੰਦ ਹੈ ਜਨਮ ਗਵਾਇਆ ਮਨ ਅੰਦੇ ਨੇ ਜਨਮ ਗਵਾਤਾ ਹਰ ਬਿਸਰਤ ਤੇਰੇ ਗੁਣ ਗਲਿਆ ਮਨਾ ਵੇਖ ਲਾ ਹਰ ਬਿਸਰਤ ਤੇਰੇ ਗੁਣ ਗਲਿਆ ਸੱਚ ਨਾਲੋਂ ਲਾਤਾ ਤੋੜ ਕਰਕੇ ਜਿਹੜੇ ਤੇਰੇ ਅੰਦਰ ਗੁਣ ਸੀ ਉਹ ਗਲ ਗਏ ਮਨ ਵਿੱਚ ਗੁਣ ਸਤ ਸੰਤੋਖ ਦਇਆ ਧਰਮ ਇਹ ਸਾਰੇ ਮਨ ਦੇ ਹੀ ਤੇ ਗੁਣ ਨੇ ਮਨ ਦੀ ਤੇ ਇਹ ਸਾਰੀ ਮਨ ਦੀ ਫੌਜ ਹੈ ਮਨ ਨੂੰ ਇਹਨਾਂ ਤੋਂ ਸਪੋਰਟ ਮਿਲਦੀ ਇਹ ਗੁਣ ਮੰਨਦੇ ਨੇ ਪਰ ਗੁਣ ਗਲ ਗਏ ਸੱਚ ਨਾਲੋਂ ਲਿੰਕ ਤੋੜਨ ਕਰਕੇ ਮਾਨੰਦ ਹੈ ਮਨ ਅੰਨੇ ਨੇ ਆਪਣਾ ਜਨਮ ਹੀ ਗਵਾ ਲਿਆ ਜਦੋਂ ਅਸੀਂ ਸ਼ਲੋਕ 12 ਤੇ ਵਧੇਕ ਵਿੱਚ ਪੜਦੇ ਆ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿੰਨੇ ਪਿਆਰੇ ਬਚਨ ਕਹੇ ਨੇ ਰੇ ਮਨ ਡੀਗ ਨਾ ਡੋਲੀਐ ਮਨੰਦੈ ਜਨਮ ਕੋ ਆਇਆ ਰੇ ਮਨ ਹੇ ਮਨ ਡੀਗ ਵਿੰਗੇ ਰਸਤੇ ਤੇ ਨਾ ਪੈ ਡਾਵਾਂ ਡੋਲ ਨਾ ਹੋ ਰੇ ਮਨ ਡੀਗ ਨਾ ਡੋਲੀਐ ਕੀ ਕਰ ਸਿੱਧੇ ਮਾਰਗ ਤਾਓ ਸਿੱਧੇ ਮਾਰਗ ਪੈ ਜਾ ਸਿੱਧੇ ਰਸਤੇ ਪੈ ਜਾ ਆਸੇ-ਪਾਸੇ ਨਾ ਜਾ ਸਿੱਧੇ ਰਸਤੇ ਅੱਜ ਬੰਦਾ ਸਿੱਧਾ ਰਸਤਾ ਛੱਡ ਕੇ ਢੇਡੀਆਂ ਰਸਤਿਆਂ 'ਚ ਪਿਆ ਹੋਇਆ ਅੱਜ ਸਿੱਧੇ ਰਸਤੇ ਛੱਡ ਬੈਠਾ ਸਿੱਧਾ ਰਸਤਾ ਹੈ ਸਤ ਸੰਤੋਖ ਦਇਆ ਤਰਮ ਧੀਰਜ ਪੁੱਠਾ ਰਸਤਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁਣ ਵੇਖੋ ਅੱਜ ਬੰਦਾ ਕਿਹੜੇ ਰਸਤੇ ਪਿਆ ਸਿੱਧਾ ਰਸਤਾ ਹੈ ਚੰਗੇ ਕੰਮ ਕਰਨੇ ਸਿੱਧਾ ਰਸਤਾ ਹੈ ਨੇਕ ਕਮਾਈ ਕਰਨੇ ਸਿੱਧਾ ਰਸਤਾ ਹੈ ਕਿਸਦਾ ਸਵਾਰਨਾ ਪੁੱਠਾ ਰਸਤਾ ਕੀ ਹੈ ਕਿਸਦਾ ਵਗਾਨਾ ਲੁੱਟ ਖਸੁੱਟ ਕਰਨੀ ਬੇਈਮਾਨੀ ਕਰਨੀ ਹੰਕਾਰ ਕਰਨਾ ਇਹ ਪੁੱਠੇ ਰਸਤੇ ਨੇ ਕਿਹਨੇ ਪਿਆ ਕੌਣ ਪਿਆ ਮਨ ਪਿਆ ਹੋਇਆ ਮਨੰਦੈ ਜਨਮ ਕੋ ਆਇਆ ਰੇ ਮਨ ਦੀਗ ਨਾ ਢੋਲੀ ਐ ਸਿੱਧੇ ਮਾਰਗ ਤਾ ਹੋ ਸਿੱਧੇ ਮਾਰਗ ਤੇ ਪੈ ਜਾ ਜੇ ਨਾ ਨਾ ਆਖੇ ਲੱਗਾ ਤੇ ਸੁਣ ਲਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਪਾਛੇ ਬਾਗ ਡਰਾਵਣੋ ਤੇ ਅੱਗੇ ਅਗਨ ਤਲਾਓ ਪਿੱਛੇ ਬਗਿਆੜ ਐ ਅੱਗੇ ਅੱਗ ਦਾ ਤਲਾਵ ਆ ਜਾਨੀ ਕਿ ਅੰਦਰੋਂ ਵਕਾਰ ਠੁੱਡੇ ਮਾਰ ਰਹਾ ਅੰਦਰੋਂ ਇਹ ਵਕਾਰ ਬੰਦੇ ਦਾ ਵਕਾਰ ਰੂਪੀ ਬਗਿਆੜ ਬੰਦੇ ਦਾ ਆਤਮਿਕ ਸਰਮਾਇਆ ਖਾਈ ਜਾਂਦੇ ਆ ਹੁਣ ਵੇਖੋ ਹੁਣਾ ਹੌਸਲਾ ਜ਼ਿੰਦਗੀ ਚ ਕਿਸੇ ਬੰਦੇ ਦਾ ਬਗਾ ਬਗਿਆੜ ਨਾ ਵਾਪਿਆ ਹੀ ਨਾ ਹੋਵੇ ਆਵੇਂ ਆਪਾਂ ਕਹਿੰਦੇ ਜੰਗਲਾਂ ਚ ਬਗਿਆੜ ਰਹਿੰਦੇ ਆ ਉਸ ਦਾ ਕਿਸੇ ਬੰਦੇ ਦਾ ਬਗਿਆੜਨਾ ਬਾਪਿਆ ਹੀ ਨਾ ਹੋਵੇ ਪਰ ਇਹ ਬਗਿਆੜ ਤੇ ਬੰਦੇ ਦੇ ਅੰਦਰ ਇਹਦਾ ਬਾਹਰ ਲਿਆਂ ਬਗਿਆੜਨਾ ਤੋਂ ਤੇ ਜਵਾਗ ਬਚਾ ਲੋਗੇ ਬਾਹਰਲੇ ਬਗਿਆੜ ਤੇ ਸਾਡੇ ਹੋਏ ਜੰਗਲ ਨਹੀਂ ਰਹਿਣ ਦਿੱਤੇ ਬਗਿਆੜ ਕਿਥੋਂ ਰਹਿਣ ਦੇਣੇ ਅਸੀਂ ਪਰ ਆੜਾ ਬਗਿਆੜ ਬੰਦੇ ਦੇ ਅੰਦਰ ਬੈਠਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬਗਿਆੜ ਪਾਛੇ ਪਿੱਛੇ ਬਾਗ ਡਰਾਵਣ ਨੂੰ ਬਗੇ ਹਾਰ ਡਰਾਉਣਾ ਤੇ ਅੱਗੇ ਅਗਨ ਤਲਾਵ ਅੱਗੇ ਅਗ ਦਾ ਤਲਾਵ ਹੁਣ ਵਿਚਕਾਏ ਬੰਦਾ ਫਸਿਆ ਯਾਨੀ ਕਿ ਅੰਦਰੋਂ ਵਕਾਰਤ ਧੱਕ ਰਿਆ ਵਾ ਅੱਗੇ ਜੁੱਤੀਆਂ ਪੈ ਰੀਆਂ ਲਾਲਚ ਵਾਸੋ ਕੇ ਬੰਦਾ ਚੋਰੀ ਕਰਦਾ ਅਗਲੇ ਟਾਪਾ ਚੜਦੇ ਆ ਕ੍ਰੋਧ ਵਾਸੋ ਕੇ ਕਾਂ ਵਾਸ਼ਨਾਵਾਂ ਚ ਗ੍ਰਸਤ ਹੋ ਕੇ ਗਲਤ ਕੰਮ ਕਰਦਾ ਛਤਰਪਰੇਟ ਹੁੰਦੀ ਕਿ ਨਹੀਂ ਹੁੰਦੀ ਰੇ ਮਨ ਦੀਗ ਨਾ ਡੋਲੀਐ ਸਿੱਧੇ ਮਾਰਗ ਸਿੱਧੇ ਮਾਰਗ ਭੁੱਲੇ ਮਾਰਗ ਜਿੰਨੇ ਬਤਾਇਆ ਐਸਾ ਗੁਰਵਟ ਭਾਗੀ ਪਾਇਆ ਰੇ ਮਨ ਡੀਗ ਨਾ ਡੋਲੀਐ ਸਿੱਧੇ ਮਾਰਗ ਧਾਓ ਅਜ ਸਿੱਧੇ ਰਸਤੇ ਤੇ ਤੁਰਨਾ ਤੇ ਖਲਾ ਕਰੇ ਵਿੰਗੇ ਰਸਤੇ ਤੇ ਬੰਦੇ ਕੋ ਤਾਕਤ ਹੀ ਬੜੀ ਅੱਧੀ ਅੱਧੀ ਰਾਤ ਉੱਠ ਕੇ ਤੁਰ ਪੈਂਦਾ ਧੁੱਪ ਦੀ ਪ੍ਰਵਾਹੀ ਕਰਦਾ ਸਰਦੀ ਦੀ ਪ੍ਰਵਾਹੀ ਕਰਦਾ ਨੀਂਦ ਦੀ ਪ੍ਰਵਾਹੀ ਕਰਦਾ ਰੇ ਮਨ ਡੀਗ ਨਾ ਡੋਲੀਐ ਸਿੱਧੇ ਮਾਰਗ ਧਾਓ ਪਾਛੈ ਬਾਗ ਡਰਾਵਣੋ ਅੱਗੇ ਅਗਨ ਤਲਾਓ ਸੈਂਸੇ ਜੀਰਾਂ ਪਾਰ ਰਿਓ ਸੈਂਸ ਸੈਂਸ ਜਾਰਤਾ ਸਹਿਮ ਜੀਰਾਦਾਰਤਾ ਇਸ ਜਿੰਦ ਉਤੇ ਇਸ ਮਨ ਉਤੇ ਮਨ ਉਤੇ ਸਹਿਮ ਪਿਆ ਹੋਇਆ ਇਸ ਜਿੰਦ ਉਤੇ ਸਹਿਮ ਪਿਆ ਹੋਇਆ ਸਹਿਮ ਕਿਹਨੇ ਪਾਇਆ ਆਪ ਆਇਆ ਜੇ ਤੂੰ ਗਲਤ ਕੰਮ ਨਹੀਂ ਕਰਨੇਗਾ ਤਾਂ ਸਹਿਮ ਕਾਦਾ ਸਹਿਮ ਸੇ ਜੀਰਾ ਪਾਰਾਉ ਮਾਕੂ ਅਵਰਨਾ ਢੰਗ ਮੈਨੂੰ ਕੋ ਢੰਗ ਸੋਚਦਾ ਹੀ ਨਹੀਂ ਕਿ ਇਸ ਸਹਿਮ ਚੋਂ ਮੈਂ ਕਿਦਾਂ ਦੂਰ ਹੋਵਾਂ ਨਾਨਕ ਗੁਰਮੁਖ ਛੁਟੀ ਹੈ ਹਰ ਪ੍ਰੀਤਮ ਸਿ ਸੰਗ ਹੈ ਨਾਨਕ ਗੁਰੂ ਦੇ ਰਾਹੀ ਹੀ ਇਸ ਬਗਿਆੜ ਤੋਂ ਆਪਣਾ ਬਚਾਇਆ ਜਾ ਸਕਦਾ ਹੈ ਹਰ ਪ੍ਰੀਤਮ ਉਸ ਸੰਗ ਪ੍ਰੀਤਮ ਨਾਲ ਤੇਰਾ ਸੰਗ ਬਣ ਸਕਦਾ ਮਹਾਰਾਜ ਇਹ ਬਗਿਆੜ ਮਰ ਸਕਦਾ ਕਹਿੰਦੇ ਹਾਂਜੀ ਬਿਲਕੁਲ ਮਰ ਸਕਦਾ ਇਹ ਬਗਿਆੜ ਮਾਰਿਆ ਜਾ ਸਕਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਗਿਆੜ ਨੂੰ ਮਾਰਨ ਦਾ ਬੜਾ ਪਿਆਰਾ ਨੁਕਤਾ ਵੀ ਸਾਨੂੰ ਸਮਝਾਇਆ ਜਦੋਂ ਅਸੀਂ ਇਹਨਾਂ ਸ਼ਲੋਕਾਂ ਦਾ ਪਾਠ ਕਰਦੇ ਹਾਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਵਿਚਾਰ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਬਾਗ ਮਰੇ ਮਨ ਮਾਰਿਐ ਜੇ ਸਤਗੁਰ ਦੀਖਿਆ ਹੋਏ ਜਿਹਦੇ ਕੋਲ ਸਤਗੁਰ ਦੀ ਦੀਖਿਆ ਹੁੰਦੀ ਹੈ ਜਿਹੜਾ ਆਪਣੇ ਸਤਗੁਰ ਦੀ ਸਿੱਖਿਆ ਉੱਤੇ ਅਮਲ ਕਰਦਾ ਉਹ ਆਪਣੀ ਜ਼ਿੰਦਗੀ ਚੋਂ ਇਸ ਵਿਗਿਆੜ ਨੂੰ ਮਾਰ ਲੈਂਦਾ ਜਿਹੜਾ ਵਿਗਿਆੜ ਇਹਦਾ ਆਤਮਿਕ ਸਰਮਾਇਆ ਖਾਰ ਰਿਆ ਸੀ ਉਹਨੂੰ ਮਾਰ ਲੈਂਦਾ ਫਿਰ ਬਾਗ ਮਰੇ ਮਨ ਮਾਰੀਏ ਮਨੰਦੈ ਜਨਮ ਗਵਾਇਆ ਮਨੰਦੈ ਨੇ ਇਹਦਾ ਜਨਮ ਹੀ ਗਵਾਤਾ ਮਨ ਕੋਝੇ ਬੰਨੇ ਪਿਆ ਹੋਇਆ ਹੈ ਅਜ ਮਨ ਕਰਕੇ ਦੁਖੀ ਹਾਂ ਸੀ ਤੋ ਪਾਤਸ਼ਾਹ ਇਥੇ ਕਹਿੰਦੇ ਨੇ ਬਾਗ ਮਰੇ ਮਨ ਮਾਰਿਆ ਜਿਸ ਸਤਗੁਰ ਦੀਖਿਆ ਹੋਏ ਆਪ ਪਛਾਣੇ ਹਰ ਮਿਲੇ ਵੇਖੋ ਕਿੱਥੇ ਰੱਬ ਮਿਲਣਾ ਆਪਣੇ ਆਪ ਦੀ ਪਛਾਣ ਕਰ ਲੈ ਰੱਬ ਮਿਲਣਾ ਕਿਤੇ ਬਾਣੀ ਚ ਆਖਿਆ ਉੱਥੇ ਬਸ ਅਸੀਂ ਆਪਾਂ ਨਾ ਜ਼ਿੰਦਗੀ ਚ ਇਹੋ ਕਹਿੰਨੇ ਮੈਂ ਤੈਨੂੰ ਪਛਾਣ ਲਿਆ ਮੈਂ ਤੈਨੂੰ ਜਾਣਦਾ ਬਾਣੀ ਕਹਿੰਦੀ ਉਹ ਜਿੰਨਾ ਦੂਜਿਆਂ ਨੂੰ ਪਛਾਣਨ ਤੇ ਜ਼ੋਰ ਲਾਉਣਾ ਕਿਤੇ ਆਪਣੇ ਆਪ ਨੂੰ ਪਛਾਣਨ ਤੇ ਜ਼ੋਰ ਲਾਇਆ ਹੁੰਦਾ ਜ਼ਿੰਦਗੀ ਕੁਝ ਹੋਰ ਦੀ ਨੋ ਸਾਸ ਨੂੰ ਕਹੀ ਜਾਂਦੀ ਹੈ ਮੈਂ ਤੈਨੂੰ ਪਛਾਣ ਲਿਆ ਸੱਸ ਨੂੰ ਕਹੀ ਜਾਂਦੀ ਆ ਪਤੀ ਪਤਨੀ ਨੂੰ ਕਹੀ ਜਾਂਦਾ ਤੇ ਪਤਨੀ ਪਤੀ ਨੂੰ ਕਹੀ ਜਾਂਦੀ ਆ ਦੇਰ ਜੇਠ ਨੂੰ ਜੇਠ ਦੇਰ ਨੂੰ ਅੱਜ ਕੀ ਕੁਝ ਹੋ ਰਿਹਾ ਦਰਾਣੀ ਜੁਠਾਣੀ ਨੂੰ ਕਹੀ ਜਾਂਦੀ ਆ ਜੁਠਾਣੀ ਦਰਾਣੀ ਨੂੰ ਕਹੀ ਜਾਂਦੀ ਹੈ ਮਾਲਕ ਨੌਕਰ ਨੂੰ ਕਹੀ ਜਾਂਦਾ ਨੌਕਰ ਮਾਲਕ ਨੂੰ ਕਹੀ ਜਾਂਦਾ ਪਰਜਾ ਰਾਜੇ ਨੂੰ ਕਹੀ ਜਾਂਦੀ ਰਾਜਾ ਪਰਜਾ ਨੂੰ ਕਹੀ ਜਾਂਦਾ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਤੂੰ ਦੂਜਿਆਂ ਨੂੰ ਪਛਾਣਨਾ ਛੱਡ ਆਪਣੇ ਆਪ ਨੂੰ ਪਹਿਚਾਨ ਆਪ ਪਛਾਣੇ ਹਰ ਮਿਲੈ ਆਪਣੇ ਆਪ ਦੀ ਪਹਿਚਾਣ ਕਰ ਲੈ ਤੈਨੂੰ ਹਰੀ ਮਿਲਪੈਣਾ ਆਪ ਪਛਾਣੇ ਹਰ ਮਿਲੈ ਦੇ ਪਿਆਰੇ ਸ਼ਬਦ ਵਰਤੇ ਨੇ ਬੌੜ ਨਾ ਮਰਨਾ ਹੋਏ ਤੇਰਾ ਜੰਮਣ ਮਰਨਾ ਇਹ ਤੋਂ ਤੇਰਾ ਖਿਹੜਾ ਛੁੱਟ ਜੂ ਜਦੋਂ ਤੂੰ ਆਪੇ ਦੀ ਪਹਿਚਾਨ ਕਰ ਲਈ ਆਪ ਪਛਾਣੇ ਹਰ ਮਿਲੈ ਬੌੜ ਨਾ ਮਰਨਾ ਹੋਏ ਕੀਚੜ ਹਾਥ ਨਾ ਡੁੱਬਈ ਏਕਾ ਨਦਰ ਨਿਹਾਲ ਫੇ ਉਹ ਬੰਦਾ ਚਿੱਕੜ ਵਿੱਚ ਆਪਣਾ ਪੈਰ ਨਹੀਂ ਡੁੱਬਦਾ ਜਦੋਂ ਇੱਕ ਦੀ ਨਦਰ ਦਾ ਪਾਤਰ ਬਣ ਜਾਂਦਾ ਜਦੋਂ ਬਾ ਆਪਣੇ ਅੰਦਰ ਦਾ ਭਗਿਆੜ ਮਾਰ ਲੈਂਦਾ ਨਾਨਕ ਗੁਰਮੁਖ ਉੱਭਰੇ हे नानक ओ गुरु दे राही ਉੱਭਰ ਜਾਂਦੇ ਆ ਗੁਰੂ ਦੇ ਰਾਹੀ ਬੁਰੀਆਂ ਕਮਾਂ ਤੋਂ ਵੱਜ ਜਾਂਦੇ ਆ ਗੁਰ ਸਰਵਰ ਸੱਚੀ ਪਾਲ ਗੁਰੂ ਹੀ ਸੱਚਾ ਸਰੋਵਰ ਆ ਤੇ ਗੁਰੂ ਹੀ ਉਹ ਸੱਚੀ ਪਾਲ ਆ ਕੰਧ ਆ ਜਿਸ ਕੰਧ ਦੇ ਆਸਰੇ ਮੈਂ ਚਿੱਕੜ ਵਿੱਚ ਡੁੱਬਣੋਂ ਆਪਣੇ ਆਪ ਨੂੰ ਬਚਾਉਣਾ ਹੈ ਬਾਗਮਰੇ ਮਨ ਮਾਰੀਏ ਆਪਣੇ ਅੰਦਰ ਦਾ ਇਸ ਬਗਿਆੜ ਨੂੰ ਮਾਰਨਾ ਹੈ ਮਨ ਅੰਧੇ ਜਨਮ ਗਵਾਇਆ ਇਸ ਮਨ ਅੰਨੇ ਨੇ ਜਨਮ ਗਵਾਤਾ ਗੁਣਾ ਦਾ ਨਾਤਾ ਟੁੱਟ ਗਿਆ ਇਸ ਮਨ ਨਾਲ ਇਸ ਮਨ ਦੀ ਖੁਰਾਕ ਇਹ ਗੁਣ ਨੇ ਇਸ ਮਨ ਅੰਦੇ ਨੇ ਆਪਣਾ ਜਨਮ ਗਵਾ ਲਿਆ ਤੇ ਫਿਰ ਹੋਇਆ ਕਿ ਸਤਿਗੁਰ ਜੀ ਇਸ ਪੌੜੀ ਵਿੱਚ ਸਮਝਾਉਂਦੇ ਨੇ ਪੌੜੀ ਆਪੀ ਨੇ ਭੋਗ ਭੋਗ ਗਏ ਜਿਸ ਜੀਵ ਦਾ ਮਨ ਅੰਨਾ ਸੀ ਅੰਨਿਆਂ ਵਾਲੇ ਕੰਮ ਕਰਦਾ ਸੀ ਉਪ ਭੋਗ ਭੋਗ ਕੇ ਉਹ ਭੋਗਾਂ ਵਿੱਚ ਖਚਤ ਹੋ ਕੇ ਬੁਰਿਆਂ ਕੰਮਾਂ 'ਚ ਫਸ ਫਸ ਕੇ ਫਸ ਫਸ ਕੇ ਫਸ ਫਸ ਕੇ ਕਬੀਰ ਬੁੱਢਾ ਵੰਸ਼ ਕਬੀਰ ਦਾ ਉਪਜੋ ਪੁੱਤ ਕਮਾਲ ਹਰਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ ਐਹੋ ਜਾਂ ਮਨ ਰੂਪੀ ਕਮਾਲ ਦਾ ਪੁੱਤਰ ਪੈਦਾ ਹੋਇਆ ਬਾਹਰੋਂ ਮਾਲ ਇਕੱਠਾ ਕਰ ਕਰ ਕੇ ਇਸ ਕੁਟੰਬ ਨੂੰ ਖਵਾਉਂਦਾ ਰਿਹਾ ਉਹਨੇ ਸਾਰਾ ਟੱਬਰ ਹੀ ਡੋਬ ਕੇ ਰੱਖ ਦਿੱਤਾ ਬੁੱਢਾ ਵੰਸ਼ ਕਬੀਰ ਕਾ ਉਪਜੋ ਪੁੱਤ ਕਮਾਲ ਹਰਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ ਆਪੀ ਨੇ ਭੋਗ ਭੋਗ ਕੇ ਆਪ ਹੀ ਭੋਗ 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 ਕੇ ਆਪ ਹੀ ਬੁਰੇ ਕੰਮ ਕਰ ਕਰਕੇ ਆਪ ਹੀ ਮਾੜੇ ਖਿਆਲ ਕਰ ਕਰਕੇ ਮਾੜੀ ਸੰਗਤ ਕਰ ਕਰਕੇ ਆਪ ਹੀ ਨੇ ਭੋਗ ਭੋਗ ਕੇ ਹੋਏ ਭਸਮੜ ਭਸਮੜ ਦਾ ਅਰਥ ਕੀ ਹੈ ਮਿੱਟੀ ਦੀ ਢੇਰ ਹੋਏ ਭਸਮੜ ਭੌਰ ਸਦਾਇਆ ਤੇ ਭੋਗ ਭੋਗ ਕੇ ਜਮੀਰ ਮਰ ਗਈ ਜਮੀਰ ਰੂਪੀ ਭੌਰ ਅੰਦਰੋਂ ਉਡਾਰੀ ਮਾਰ ਗਿਆ ਆਪਾਂ ਨੇ ਕਹਿੰਦੇ ਫਲਾਣੇ ਬੰਦੇ ਦੀ ਜਮੀਰ ਮਰ ਗਈ ਹੁਣ ਇਹ ਡੱਡ ਤੁਰਿਆ ਫਿਰਦਾ ਹੈ ਹੋਏ ਭਸਮੜ ਪੌਰ ਸੁਧਾਇਆ ਆਪੀ ਨੇ ਭੋਗ ਭੋਗ ਹੈ ਹੋਏ ਭਸਮੜ ਪੌਰ ਸੁਧਾਇਆ ਭਸਮੜ ਬਣ ਗਿਆ ਮਿੱਟੀ ਦੀ ਢੇਰੀ ਬਣ ਗਿਆ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੇ ਖੇ ਤੈ ਤਨ ਉੱਡੇ ਖੇ ਜਿਹੜੇ ਸੱਚ ਨਾਲ ਨਹੀਂ ਜੁੜਦੇ ਸਚਾਈ ਦੇ ਰਸਤੇ ਤੇ ਨਹੀਂ ਤੁਰਦੇ ਤੈ ਤਨ ਉੱਡੇ ਖੇ ਉਹਨਾਂ ਦਾ ਤਨ ਖੇ ਬਣ ਜਾਂਦਾ ਉਹਨਾਂ ਦੇ ਤਨ ਦੇ ਵਿੱਚ ਖੇ ਆ ਜਾਂਦੀ ਭਾਵ ਖੇ ਸਿਰ 'ਚ ਪੈਂਦੀ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੇ ਸੱਚ ਨਾਲੋਂ ਲਿੰਕ ਤੋੜ ਲੈਂਦੇ ਇੱਥੇ ਭਸਮੜ ਕਹਤਾ ਉੱਥੇ ਖੇ ਕਹਤਾ ਬੰਦੇ ਦੀ ਜ਼ਿੰਦਗੀ ਜਦੋਂ ਭੋਗਾਂ 'ਚ ਮਸਤ ਹੋ ਜਾਂਦਾ ਬੁਰਿਆਂ ਕਮਾਂ 'ਚ ਗਲਤਾਂ ਉਹ ਬੰਦਾ ਹੀ ਮਿੱਟੀ ਦੀ ਢੇਰੀ ਐ ਜੀਂਦੇ ਜ ਇਹਨੂੰ ਆਖਿਆ ਸੀ ਨਾ ਬੋਲਾ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਬਾਬਾ ਭਗਤ ਫਰੀਦ ਜੀ ਸ਼ੇਖ ਫਰੀਦ ਜੀ ਇਹ ਗੱਲ ਕਹਿੰਦੇ ਪਿਆਰਿਆ ਸੱਚ ਨਾਲ ਜੁੜ ਜਾ ਬੁੱਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਅੱਲਾ ਨਾਲ ਲੱਗ ਜਾ ਇਹ ਤੁਹਾਨੂੰ ਸਿਖਾਕ ਜੇ ਨਹੀਂ ਅੱਲਾ ਨਾਲ ਲੱਗੇਗਾ ਤੇ ਤਨ ਖਾਕ ਦੀ ਢੇਰੀ ਹੈ ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਭੋਗਾਂ ਚ ਪੈ ਪੈ ਕੇ ਭੋਗਾਂ ਚ ਪੈ ਪੈ ਕੇ ਰਸਾਂ ਚਸਕਿਆਂ ਚ ਪੈ ਪੈ ਕੇ ਹੋਏ ਪਸਮੜ ਪੌਰਸ ਦਾ ਆਇਆ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨ ਉਸੀ ਖਾਕ ਇਹ ਤਨ ਖਾਕ ਬਣ ਗਿਆ ਨਿਮਾਣੀ ਗੌਰ ਕਰੇ ਇਹ ਤਨ ਗੌਰ ਬਣ ਗਿਆ ਕਬਰ ਬਣ ਗਿਆ ਮੜੀ ਬਣ ਗਿਆ ਮਠੀ ਬਣ ਗਿਆ ਮਿੱਟੀ ਦੀ ਢੇਰੀ ਬਣ ਗਿਆ ਸਵਾ ਬਣ ਗਿਆ ਸੱਚ ਨਾਲ ਨੂੰ ਲਿੰਕ ਤੋੜਨ ਕਰਕੇ ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਹੋਰ ਸੁਦਾਇਆ ਜਿਹੜਾ ਅੰਦਰ ਜਮੀਰ ਦਾ ਪੌਰਸੀ ਉੱਡ ਗਿਆ ਆਪਾਂ ਨੇ ਕਿਹਾ ਬੰਦੇ ਦੀ ਹੁਣ ਜਮੀਰ ਮਰ ਗਈ ਭਾਈ ਜਮੀਰ ਮਰੀਆਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਬੰਦੇ ਠੱਗੀਆਂ ਬੇਈਮਾਨੀਆਂ ਲੁੱਟ ਖਸੁੱਟ ਕਰਦੇ ਨੇ ਜਿਨ੍ਹਾਂ ਨੂੰ ਆਪਣੀਆਂ ਨੋਹਾਂ ਚੋਂ ਧੀਆਂ ਨਹੀਂ ਦਿਸਦੀਆਂ ਜਮੀਰ ਮਰੀਆਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਅੱਗਾ ਲਾ ਲਾ ਕੇ ਸਾੜ ਦਿੰਦੇ ਜਿਹੜੇ ਬੇਈਮਾਨੀਆਂ ਕਰਦੇ ਇਹ ਜਮੀਰ ਮਰੀ ਦੀ ਨਿਸ਼ਾਨੀ ਨਹੀਂ ਪੁੱਤ ਆਪਣੇ ਨੂੰ ਵਿਦੇਸ਼ ਭੇਜਣ ਲਈ ਕਿਸੇ ਦਾ ਆਸਰਾ ਤੱਕਿਆ ਜਾ ਰਿਹਾ ਹੈ ਲਾਲਚ ਕੀਤਾ ਜਾ ਰਿਹਾ ਹੈ ਲੜਕੀ ਵਾਲੇ ਲੜਕੇ ਨੂੰ ਧੋਖਾ ਤੇ ਲੜਕੇ ਵਾਲੇ ਲੜਕੀ ਵਾਲਿਆਂ ਨੂੰ ਧੋਖੇ ਇਹ ਜਮੀਰ ਦਾ ਪੌਰ ਅੰਦਰੋਂ ਉੱਡ ਚੁੱਕਾ ਉਹਨਾਂ ਦੇ ਜਮੀਰ ਵਾਲਾ ਪੌਰ ਹੈ ਨਹੀਂਗਾ ਉਹਨਾਂ ਦੇ ਤੇ ਮਰੇ ਬੰਦੇ ਵਾਸਤੇ ਸ਼ਲੋਕ ਨਹੀਂ ਹੈਗਾ ਵੀ ਹੋਏ ਭਸਮੜ ਪੌਰ ਸਦਾਇਆ ਇੱਥੇ ਗੱਲ ਜਿਉਂਦਿਆਂ ਦੀ ਹੋ ਰਹੀ ਆ ਗੱਲ ਮਨ ਅੰਦੇ ਦੀ ਹੋ ਰਹੀ ਹੈ ਮਨ ਅੰਦੇ ਨੂੰ ਸਮਝਾਇਆ ਜਾ ਰਿਹਾ ਤੇ ਮਨ ਜਿਉਂਦੇ ਕੋਲ ਹੈ ਜਦੋਂ ਬੰਦਾ ਚੜ੍ਹਾਈ ਕਰ ਗਿਆ ਫੇਰ ਤੇ ਵੇੜੇ ਚ ਪਿਆ ਹੋਇਆ ਹੁਣ ਉੱਥੇ ਮਨ ਕਿੱਥੇ ਉਹਦਾ ਸਾਨੂੰ ਇਹ ਲੱਗਦਾ ਇਥੇ ਗੱਲ ਮਰੇਗੀ ਹੋਰੀ ਵੀ ਆਪੀ ਨੇ ਭੂਗ ਭੂਕ ਹੈ ਹੋਏ ਭਸਮੜ ਪੌਰਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਪੇ ਤਾਂ ਗਾਲ ਚ ਸੰਗਲ ਪਾ ਕੇ ਖਿੱਚਦੇ ਜਦੋਂ ਮਾਰੀ ਗਿਆ ਸੰਗਲ ਕਿਤੇ ਗਾਲ ਚ ਪੈਣਾ ਬਈ ਗਾਲ ਤੇ ਤੁਸੀਂ ਸਾੜ ਆਉਣਾ ਸੰਗਲ ਤੇ ਗਾਲ ਚ ਪੈਣਾ ਤੇਰੇ ਗਲ ਸੰਗਲ ਗਾਲ ਤੇ ਤੁਸੀਂ ਸਾੜ ਤਾਂ ਕਿਹੜੇ ਗਾਲ ਚ ਸੰਗਲ ਪੋਪਲਾ ਉਹ ਸੋਚਿਓ ਪੋਲਾ ਘਰਾਂ ਚ ਬੈਠੇ ਤੁਸੀਂ ਸੁਣ ਰਹਿ ਜੇ ਜੇ ਆਪਾਂ ਸੰਗਲ ਤੇ ਐਸ ਗਾਲ ਚ ਪਊਗਾ ਨਾ ਤੇ ਇਹ ਗਾਲ ਤੇ ਸਾੜਤਾ ਤੇ ਗਾਲ ਤੁਹਾਡੇ ਸਾਹਮਣੇ ਪਿਆ ਸੰਗਲ ਦਿਖਦਾ ਤੁਹਾਨੂੰ ਪਾਪਾ ਜੀ ਮਾਤਾ ਜੀ ਜੋ ਜਿਹਦੀ ਵੀ ਡੈਥ ਹੋਈ ਆ ਉਹਦਾ ਇੱਥੇ ਡੈੱਡ ਬੋਡੀ ਤੁਹਾਡੇ ਸਾਹਮਣੇ ਪਈ ਹੈ ਤੁਹਾਨੂੰ ਉਹਦੇ ਗਾਲਜ ਕੋਈ ਸੰਗਲ ਦਿਖਾਈ ਦੇ ਰਿਹਾ ਇਥੇ ਲਿਖਿਆ ਗਾਲ ਸੰਗਲ ਘੱਟ ਚਲਾਇਆ ਪੁੱਠੇ ਤੋਂ ਪੁੱਠਾ ਕੰਮ ਕਰਨ ਵਾਲਾ ਬੰਦਾ ਵੀ ਮਰਿਆ ਹੋਵੇ ਨਾ ساری ਜ਼ਿੰਦਗੀ ਵਿਕਾਰ ਭੋਗੇ ਹੋਣੀ ਜਨੇ ਉਹਦੀ ਵੀ ਡੈੱਡ ਬੋਡੀ ਪਈ ਹੋਵੇ ਸੰਗਲ ਦੇਦਾ ਤੁਹਾਨੂੰ ਇਦਾਂ ਕੋਈ ਉਹਦੇ ਗਾਲਜ ਚ ਪਿਆ ਇਹਦਾ ਸੰਗਲ ਵੇਖਿਆ ਇਹਦਾ ਪਿਕਚਰ ਲਾ ਕੇ ਰੱਖੋ ਜੀ ਆ ਵੇਖੋ ਜੀ ਅਸੀਂ ਵੇਖਿਆ بڑے ਪੁੱਠੇ ਕੰਮ ਕੀਤੇ ਸੀ ਬੰਦੇ ਨੇ ਲੁੱਟ ਖਸੂਟ ਬੜੀ ਕੀਤੀ ਵੱਡੇ ਵੱਡੇ ਲੀਡਰ ਮੰਤਰੀ ਸ਼ੰਤਰੀ ਜਿਨ੍ਹਾਂ ਦੇ ਕਰਕੇ ਪਤਾ ਨਹੀਂ ਕਿੰਨਿਆਂ ਨੇ ਆਤਮ ਹੱਤਿਆਵਾਂ ਕੀਤੀਆਂ ਜਿਵੇਂ ਕਿਸੇ ਬੇਈਮਾਨ ਠੱਗ ਬੰਦੇ ਦੀ ਇਹਦਾ ਡੈੱਡ ਬੋਡੀ ਤੇ ਲੱਗੇ ਜਾ ਕੇ ਵੇਖਿਆ ਇਦਾਂ ਵੀ ਗੱਲ ਚ ਸੰਗਲ ਪਏ ਹੁਣ ਦੋ ਰਿੱਤੇਰੇ ਜੇ ਆਪਾਂ ਕਹੀ ਗੱਲ ਸੰਗਲ ਕਰ ਫਿਰ ਇਹ ਸੰਗਲ ਕਿਹਦੇ ਗੱਲ ਚ ਪੈਣਾ ਹੈ ਕਿਹੜਾ ਸੰਗਲ ਹੋਇਆ ਹੈ ਕਿਹੜਾ ਗੱਲ ਪੈ ਰਿਓ ਮਨ ਦੀ ਹੋ ਰਹੀ ਹੈ ਮਾਨਨ ਦੇ ਦੀ ਗੱਲ ਹੋ ਰਹੀ ਹੈ ਹੁਣ ਆਪਾਂ ਸੰਗਲ ਵੀ ਵੇਖਾਂਗੇ ਕਿਹੜਾ ਸੰਗਲ ਪੈਂਦਾ ਇੱਥੇ ਅੱਗੇ ਜਾ ਕੇ ਆਪਾਂ ਵੇਖਾਂਗੇ ਕਿਉਂਕਿ ਗੁਰੂ ਦੀ ਬਾਣੀ ਵਿੱਚੋਂ ਆਪਾਂ ਇਹ ਗੱਲਾਂ ਸਮਝਣੀਆਂ ਨੇ ਆਪੀ ਨੇ ਭੋਗ ਭੋਗ ਕੇ ਹੋਏ ਪਰਸਮੜ ਭੋਗਾਂ ਚ ਪੈਪ ਹੋ ਗਈ ਮਨੰਦਾ ਸੀ ਜੇ ਮਨੰਦਾ ਨਾ ਹੁੰਦਾ ਫਿਰ ਭੋਗ ਥੋੜਾ ਭੋਗਣੇ ਸੀ ਪੁੱਠੇ ਕੰਮ ਥੋੜਾ ਕਰਨੇ ਸੀ ਫਿਰ ਚੰਗੇ ਕੰਮ ਕਰਨੇ ਸੀ ਇਸ ਮਨ ਨੇ ਫਿਰ ਤੇ ਮਨ ਨੇ ਸੱਚ ਦਾ ਰੂਪ ਬਣਨਾ ਸੀ ਇਹ ਤੇ ਮਨ ਨੇ ਚੌਥੇ ਪਦ ਵਿੱਚ ਜਾ ਕੇ ਆਪਣੇ ਆਪ ਨੂੰ ਜੋੜਨਾ ਸੀ ਇਹ ਮਨ ਸ਼ਕਤੀ ਇਹ ਮਨ ਸੀ ਉਹ ਇਹ ਮਨ ਪੰਜ ਤਤ ਕੋ ਜੀਉ ਇਹ ਮਨ ਲੈ ਜੋ ਉਣਮਨ ਰਹੇ ਤੋਂ ਤੀਨ ਲੋਕ ਦੀ ਬਾਤیں ਕਰ ਫਿਰ ਆਪੀ ਨੇ ਭੋਗ ਭੋਗ ਕੇ ਵਾਲਾ ਕੰਮ ਥੋੜਾ ਕਰਨਾ ਸੀ ਜੇ ਮਨ ਆਪਣੀ ਅਸਲੀ ਦੀ ਪਛਾਣ ਕਰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆ ਇਹ ਉਸ ਮਨ ਦੀ ਵਿਆਖਿਆ ਹੋ ਰਹੀ ਹੈ ਜਿਹੜਾ ਮਨ ਅੰਦਾ ਹੈ ਜਿਸ ਮਨ ਨੇ ਸੱਚ ਦਾ ਲੜ ਛੱਡ ਦਿੱਤਾ ਹੈ ਉਥੇ ਕਹਿੰਦੇ ਆਪੀ ਨੇ ਭੋਗ ਭੋਗ ਕੇ ਇਹ ਮਨ ਭੋਗਾਂ ਵਿੱਚ ਪੈ ਪੈ ਕੇ ਭੋਗਾਂ ਵਿੱਚ ਪੈ ਪੈ ਕੇ ਹੁਣ ਮਨ ਇਸ ਕਾਇਆ ਦੇ ਵਿੱਚ ਹੈ ਨਾ ਐ ਸਰੀਰ ਦੇ ਵਿੱਚ ਮਨ ਹੈ ਵਿਚਾਰਾਂ ਦਾ ਸੰਗ੍ਰਹਿ ਜਿਹਨੂੰ ਆਪਾਂ ਕਹਿੰਨੇ ਆਪੀ ਨੇ ਭੋਗ ਭੋਕੇ ਜੀਵ ਦਾ ਮਨ ਅੰਨਾ ਤੇ ਅੰਨੇ ਮਨ ਕਰਕੇ ਭੋਗਾਂ ਚ ਪੈ ਗਿਆ ਰਸਾਂ ਕਸਾਂ ਕਸਾਂ ਚ ਪੈ ਗਿਆ ਮਾਇਆ ਜਾਲ ਪਸਾਰਿਆ ਮਾਇਆ ਨੇ ਜਾਲ ਖਿਲਾਰਿਆ ਹੋਇਆ ਹੈ ਮਾਇਆ ਕੀ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਦਾ ਜਾਲ ਖਿਲਰਿਆ ਹੈ ਭੀਤਰ ਚੋਗ ਬਣਾਏ ਵਿੱਚ ਇਹਦੇ ਚੋਗਾ ਖਿਲਰਿਆ ਹੋਇਆ ਹੈ ਤ੍ਰਿਸ਼ਨਾ ਪੰਛੀ ਫਸਿਆ ਤ੍ਰਿਸ਼ਨਾ ਦੇ ਅਧੀਨ ਪੰਛੀ ਫਸੀ ਜਾ ਰਿਹਾ ਹੈ ਕੋ ਕਾਮ ਦਾ ਚੋਗਾ ਚੁਗ ਰਿਹਾ ਹੈ ਕੋ ਕ੍ਰੋਧ ਦਾ ਚੋਗਾ ਚੁਗ ਰਿਹਾ ਹੈ ਕੋ ਹੰਕਾਰ ਦਾ ਚੋਗਾ ਚੁਗ ਰਿਹਾ ਹੈ ਕੋ ਲਾਲਸ ਦਾ ਚੋਗਾ ਚੁਗਰੇ ਨਿਕਸ ਨਾ ਪਾਏ ਮਾਏ ਨਿਕਸ ਨਹੀਂ ਨਿਕਲ ਨਹੀਂ ਰਿਹਾ ਕਿਉਂਕਿ ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਿਰ ਆਵੇ ਜਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨਾ ਪਾਹੇ ਮਾਏ ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਿਰ ਆਵੇ ਜਾਏ ਅਨੇਕ ਪ੍ਰਕਾਰ ਹੀ ਮੋਇਆ ਬੋਬ ਦੇ ਸੰਸਾਰ ਅਨੇਕਾਂ ਤਰੀਕਿਆਂ ਨਾਲ ਸੰਸਾਰਿਕ ਫਸਿਆ ਪਿਆ ਅਨਕ ਪ੍ਰਕਾਰੀ ਮੋਇਆ ਬੋਬੇ ਦੇ ਸੰਸਾਰ ਜਿਸ ਨੂੰ ਰਖਿਆ ਸੋਰੈ ਸਮਰੰਥਪੁਰ ਖਾ ਪਰ ਹਰ ਜਨ ਹਰਲੇ ਉਹਦੇ ਨਾਨਕ ਸਾਧ ਭਲੇ ਹਾਰ ਜਾਲੀ ਰਹਿਣ ਜਾਲਦਨ ਹੁਆ ਜੇਤੀ ਕੜੀ ਵਾਹੀ ਤੇਤੀ ਆਪੀ ਨੇ ਭੋਗ ਭੋਕ ਕੇ ਹੋਏ ਪਸਮੜ ਭੋਗਾਂ ਚ ਪੈ ਪੈ ਕੇ ਜੀਵ ਬੁਰਿਆਂ ਕੰਮਾਂ ਚ ਪੈ ਪੈ ਕੇ ਸਵਾਦੀ ਢੇਰੀ ਬਣ ਗਿਆ ਤੇ ਭੌਰ ਸੁਦਾਇਆ ਜਮੀਰ ਰੂਪੀ ਭੌਰ ਐ ਤੇ ਮਰਨ ਵਾਲਾ ਭੌਰ ਨਹੀਂ ਐ ਵੀ ਅੰਦਰੋਂ ਭੌਰ ਉੱਡ ਗਿਆ ਭੌਰ ਉਡਾਰੀ ਮਾਰ ਗਿਆ ਵੀ ਬੰਦਾ ਉੱਡ ਗਿਆ ਨਾ 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 ਇੱਥੇ ਗੱਲ ਮੰਨਦੀ ਹੋਰੀ ਪਿਆਰਿਓ ਬੰਦੇ ਦੀ ਜਮੀਰ ਦਾ ਭੌਰ ਅੰਦਰ ਉੱਡ ਗਿਆ ਜਮੀਰ ਮਰ ਗਈ ਲਾਸ਼ ਤੁਰੀ ਫਿਰਦੀ ਐ ਸੋ ਜੀਵੇ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਈ ਆਖਾਂ ਜੀਵਾ ਵਿਸਰੈ ਮਰ ਜਾਉ ਆਪੀ ਨੇ ਪੋਗ ਭੋਕੇ ਹੋਏ ਭਸਮੜ ਪੌਰਸ ਦਾ ਆ ਤੇ ਵੱਡਾ ਹੋਆ ਵੱਡਾ ਮੀਨਿੰਗ ਮਰ ਗਿਆ ਆਪਾਂ ਦੇ ਪਿੰਡਾਂ 'ਚ ਕੋਈ ਬਜ਼ੁਰਗ ਸ਼ਹਿਰਾਂ 'ਚ ਕੋ ਚੜਾਈ ਕਰਦਾ ਆਪਾਂ ਕਹਿੰਦੇ ਉਹਨੇ ਬਜ਼ੁਰਗ ਦਾ ਵੱਡਾ ਕੀਤਾ ਵਿਪਾਅ ਵੱਡਾ ਹੋ ਗਿਆ ਚੜਾਈ ਕਰ ਗਿਆ ਡੈਥ ਹੋ ਗਈ ਇਹ ਲਬਜ ਸੀ ਆਪਣੇ ਕਿਤੇ ਵੱਡਾ ਹੋਵਾ ਦੁਨੀਦਾਰ ਦੁਨੀਦਾਰ ਕੌਣ ਹੈ ਇਹ ਜੀਵ ਜਿਹੜਾ ਭੋਗਾਂ 'ਚ ਪਿਆ ਸੀ ਇਹ ਦੁਨੀਆਦਾਰ ਬੰਦਾ ਵੱਡਾ ਹੋ ਗਿਆ ਅੰਦਰੋਂ ਡੈੱਡ ਹੋ ਗਿਆ ਅੰਦਰੋਂ ਵੱਡਾ ਹੋ ਗਿਆ ਅੰਦਰੋਂ ਮਰ ਗਿਆ ਜਿਵੇਂ ਦੁਕਾਨ ਨੂੰ ਆਮ ਹੀ ਪੰਜਾਬੀ ਪੁਰਾਣੇ ਸਮੇਂ 'ਚ ਬੰਦੇ ਦੁਕਾਨ ਵਧਾਉਣੀ ਆ ਬੰਦ ਕਰਨ ਨੂੰ ਵਧਾਉਣੀ ਕਹਿੰਦੇ ਸੀ ਦੀਵੇ ਨੂੰ ਬੰਦ ਕਰਨਾ ਕਹਿਣਾ ਦੀਵਾ ਬੰਦ ਨਹੀਂ ਦੀਵਾ ਵਧਾ ਦਿਓ ਹੂਕ ਮਾਰਨਾ ਨਹੀਂ ਸੀ ਕਹਿਣਾ ਇਹ ਪੁਰਾਣੇ ਬਜ਼ੁਰਗਾਂ ਦੀਆਂ ਬੋਲੀਆਂ ਸੀ ਵੀ ਦੁਕਾਨ ਵਧਾ ਦਿਓ ਪਾਵ ਦੁਕਾਨ ਬੰਦ ਕਰਨਾ ਨਹੀਂ ਕਹਿਣਾ ਇਦਾਂ ਵੱਡਾ ਸ਼ਬਦ ਵੀ ਬੋਲੇ ਜਾਂਦਾ ਡੈਥ ਹੋ ਗਈ ਹੈ ਵੱਡਾ ਹੋ ਗਿਆ ਪੁਰਾਣੇ ਬੰਦੇ ਨਾ ਆਪਣੇ ਬਜ਼ੁਰਗਾਂ ਦਾ ਵੱਡਾ ਕਰ ਰਹੇ ਆ ਡੈਥ ਹੋ ਗਈ ਹੈ ਇਦਾਂ ਦੇ ਸ਼ਬਦ ਬੋਲੇ ਜਾਂਦੇ ਆਮ ਹੀ ਇੱਥੇ ਵੱਡਾ ਮੈਨੂੰ ਮਰ ਗਿਆ ਫਿਜ਼ੀਕਲ ਸਰੀਰ ਤੌਰ ਤੇ ਨਹੀਂ ਜਮੀਰ ਤੌਰ ਤੇ ਕਿਉਂਕਿ ਭੌਰ ਜੋ ਨਿਕਲ ਗਿਆ ਅੰਦਰੋਂ ਭੌਰ ਸੁਧਾਇਆ ਫਿਕਰ ਵੱਡਾ ਹੋਆ ਦੁਨੀਦਾਰ ਇਹ ਦੁਨੀਦਾਰ ਬੰਦਾ ਮਾਨਨ ਦੇ ਜਨਮ ਗਵਾਇਆ ਬੰਦਾ ਵੱਡਾ ਹੋਆ ਦੁਨੀਦਾਰ ਤੇ ਗਲ ਸੰਗਲ ਹੁਣ ਸੰਗਲ ਕਿਹਦੇ ਗਲ ਚ ਪਿਆ ਗਲ ਸੰਗਲ ਘੱਟ ਚ ਲਾਇਆ ਇਹ ਸੰਗਲ ਹੈ ਵਿਕਾਰਾਂ ਦਾ ਨਾਨਕ ਅਵਗੁਣ ਜਿਤੜੇ ਤੇਤੇ ਗਲੀ ਜੰਜੀਰ ਗਲ ਸੰਗਲ ਔਗਣ ਜੰਜੀਰ ਹੈ ਔਗਣਾ ਦਾ ਸੰਗਲ ਆਣ ਪਿਆ ਗਲ ਹੁਣ ਗੱਲ ਕੋਈ ਸਮਝ ਲੱਗੀ ਪਿਆ ਰਿਓ ਨਾਨਕ ਅਵਗੁਣ ਜੇਤੜੇ ਹੈ ਨਾਨਕ ਜਿਨਨੇ ਔਗਣ ਤੇਤੇ ਗਲੀ ਜੰਜੀਰ ਜਿਨਨੇ ਔਗਣ ਉਹਨੀਆਂ ਜੰਜੀਰਾਂ ਜੇ ਗੁਣ ਹੋਵਣ ਤਾਂ ਕੱਟੀਆਂ ਨਸੇ ਭਾਈ ਸੇ ਵੀਰ ਔਗਣ ਜੰਜੀਰਾਂ ਔਗਣਾਂ ਦੇ ਸੰਗਲ ਆਣ ਗਾਲ ਪਏ ਮਨਨ ਦੇ ਜਨਮ ਗਵਾਇਆ ਵੱਡਾ ਹੋਆ ਦੁਨੀਦਾਰ ਜਦੋਂ ਇਹ ਦੁਨੀਦਾਰ ਬੰਦਾ ਭੂਗਾਂ ਚ ਪੈ ਪੈ ਕੇ ਰਸਾਂ ਤਸਾਂ ਚਸਕਿਆਂ ਚ ਪੈ ਪੈ ਕੇ ਇਨੇ ਆਪਣੇ ਆਪਣੇ ਜਮੀਰ ਰੂਹ ਮਾਰ ਲਿਆ ਜਮੀਰ ਰੂਹੀ ਭੌਰ ਅੰਦਰੋਂ ਉੱਡ ਗਿਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਇਹਦੇ ਗਲ ਤੇ ਸੰਗਲ ਘੱਤਿਆ ਗਿਆ ਪਾਇਆ ਗਿਆ ਕਾਦਾ ਔਗਣਾ ਦਾ ਸੰਗਲ ਪੈ ਗਿਆ ਔਗਣਾ ਦੀਆਂ ਜ਼ੰਜੀਰਾਂ ਇਹਦੇ ਗਲ ਆਣ ਪਈਆਂ ਗਲ ਸੰਗਲ ਘੱਤ ਚਲਾਇਆ ਅੱਗੇ ਆਉਣ ਵਾਲੇ ਸਮੇਂ 'ਚ ਉਸ ਹਕੂਮ ਰੂਪੀ ਧਰਮਰਾਜ ਦੇ ਸਾਹਮਣੇ ਉਤੇ ਸੱਚੇ ਹੀ ਸੱਚ ਨੇ ਬੜੇ ਅੱਗੇ ਕਰਨੀ ਕੀਰਤ ਵਾਚੀ ਹੈ ਬੈ ਲੇਖਾ ਕਰ ਸਮਝਾਇਆ ਐਦਾਂ ਗੁਰੂ ਨੇ ਨਾ ਬਿਠਾ ਕੇ ਜਿਵੇਂ ਹਿਸਾਬ ਕਿਤਾਬ ਨਹੀਂ ਸਮਝਾਈਦਾ ਵੀ ਐਦਾਂ ਐਦਾਂ ਪੁੱਤ ਆਹ ਕਰਨਾ ਐਦਾਂ ਆਹ ਕਰਨਾ ਗੁਰੂ ਨੇ ਬਾਪ ਵਾਲਾ ਅਹੁਦਾ ਅਪਣਾ ਕੇ ਗੁਰੂ ਨੇ ਪਿਤਾ ਦੇ ਦਰਜੇ ਪਿਤਾ ਵਾਲਾ ਦਰਜਾ ਉਹਦਾ ਫਰਜ਼ ਨਿਭਾਉਂਦਿਆਂ ਹੋਇਆਂ ਗੁਰੂ ਨੇ ਐਦਾਂ ਪੁੱਤਰ ਸਿੱਖ ਨੂੰ ਬਿਠਾ ਕੇ ਆਖਿਆ ਬੈ ਲੇਖਾ ਕਰ ਸਮਝਾ ਆ ਤੈਨੂੰ ਮੈਂ ਸਮਝਾ ਦਿਆਂ ਆ ਕੰਮ ਕਰੇਗਾ ਆ ਕੰਮ ਕਰੇਗਾ ਤੇ ਗਲ ਸੰਗਲ ਪਹਿਣਗੇ ਆ ਕੰਮ ਕਰੇਗਾ ਤੇ ਤੇਰੀ ਜ਼ਿੰਦਗੀ ਖੂਬ ਸੂਰਤ ਬਣੇਗੀ ਹੁਣ ਫੈਸਲਾ ਤੂੰ ਕਰਨਾ ਏ ਰਸਤਾ ਚੰਗਾ ਮਾੜਾ ਤੈਨੂੰ ਦੱਸ ਦਤਾ ਕਿਹੜੇ ਰਸਤੇ ਦੀ ਚੋਣ ਕਰਨੀ ਏ ਮਰਜ਼ੀ ਤੇਰੀ ਏ ਅੱਗੇ ਕਰਨੀ ਕੀਰਤ ਵਾਚੀ ਏ ਬੈ ਲੇ ਕਾ ਕਰ ਸਮਝਾਇਆ ਜਿਵੇਂ ਸਟੂਡੈਂਟ ਟੀਚਰ ਨੂੰ ਸਮਝਾਉਂਦਾ ਪੁੱਤ ਅੱਗੇ ਤੇਰੀ ਪੜ੍ਹਾਈ ਵੇਖੀ ਜਾਣੀ ਐ ਨਕਲੀ ਝਾਲੀ ਸਰਟੀਫਿਕੇਟ ਬਣਾਉਣ ਨੂੰ ਕੀ ਤੇਰਾ ਮਾਂ-ਬਾਪ ਕਹਿੰਦਾ ਪੈਸੇ ਦੇ ਦਿਓ ਆ ਬਣਦੀਆਂ ਕਈ ਨਕਲੀ ਡਿਗਰੀਆਂ ਲੋਕੀ ਲੈ ਲੈਂਦੇ ਨੇ ਪੈਸੇ ਦੇ ਕੇ ਨਕਲੀ ਸਰਟੀਫਿਕੇਟ ਬਣ ਜਾਂਦੇ ਅੱਜਕੱਲ ਮਨ ਲਓ ਦੇਤਾ ਉਹ ਕਹਦਾ ਬਣਾਤਾ ਪਰ ਅੱਗੇ ਕਰਨੀ ਕੀਰਤਵਾਜੀ ਐ ਅੱਗੇ ਤਾਂ ਤੁਹਾਡੀ ਪੜ੍ਹਾਈ ਵੇਖੀ ਜਾਣੀ ਸਰਟੀਫਿਕੇਟ ਜਿਹੜੇ ਕਾਮਯਾਬ ਬੰਦੇ ਹੁੰਦੇ ਨਾ ਸੱਚੀ ਗੱਲ ਹੈ ਉਹਨਾਂ ਦੀਆਂ ਡਿਗਰੀਆਂ ਨੂੰ ਕੋਈ ਨਹੀਂ ਪੁੱਛਦਾ ਜੇ ਦੇਖੋ ਕਈ ਕਾਮਯਾਬ ਬੰਦੇ ਜਿਹੜੇ ਹੁੰਦੇ ਨਾ ਉਹਨਾਂ ਦੀਆਂ ਡਿਗਰੀਆਂ ਕੋਈ ਕਈ ਵਿਚਾਰੇ ਡਿਗਰੀਆਂ ਉਸੀਂ ਵੇਖਿਓ ਕਦੀ ਸਮਾਜ ਵਿੱਚ ਜਿਹੜੇ ਬੰਦੇ ਸੱਚੀ ਕਾਮਯਾਬ ਹੁੰਦੇ ਆ ਨਾ ਜਿਹੜੇ ਜ਼ਿੰਦਗੀ 'ਚ ਕਾਮਯਾਬ ਹੋ ਜਾਂਦੇ ਆ ਉਹ ਉਹਨਾਂ ਦੀ ਕਾਮਯਾਬੀ ਡਿਗਰੀ ਬਣ ਜਾਂਦੀ ਆ ਉਹਨਾਂ ਦੀ ਕਾਮਯਾਬੀ ਡਿਗਰੀ ਬਣ ਜਾਂਦੀ ਆ ਤੇ ਕਈ ਬੰਦੇ ਇਦਾਂ ਪੈਸੇ ਦੇ ਦੇ ਕੇ ਇਦਾਂ ਨਗਲੀ ਡਿਗਰੀਆਂ ਖਰੀਦੇ ਫਿਰਦੇ ਆ ਟੀਚਰ ਫੇ ਕਹਿੰਦਾ ਕਹਿੰਦਾ ਨਾ ਪੁੱਤਰ ਲੈ ਜੋ ਮੈਂ ਬਣਾ ਦੂੰਗਾ ਪਰ ਅੱਗੇ ਆਉਣ ਵਾਲੇ ਸਮੇਂ 'ਚ ਤੁਹਾਡੀ ਡਿਗਰੀ ਨਹੀਂ ਤੁਹਾਡੀ ਐਜੂਕੇਸ਼ਨ ਵੇਖੀ ਜਾਣੀ ਆ ਤੁਹਾਡੀ ਸਟੱਡੀ ਵੇਖੀ ਜਾਣੀ ਅੱਗੇ ਆਉਣ ਵਾਲੇ ਸਮੇਂ 'ਚ ਕਰਨੀ ਕੀਰਤ ਵਾਚੀ ਗਏ ਉਗੀ ਇਹਾ ਕਾਮ ਕਰੋਦ ਲੋਭ ਮੋ ਵਯਾ ਪਿਆ ਆਗੇ ਮਸ ਮਸ ਰੋਏ ਜੇ ਆਪਾਂ ਹੁਣ ਨਹੀਂ ਆਪਣਾ ਸਵਾਰਿਆ ਆਉਣ ਵਾਲਾ ਤੁਹਾਡਾ ਭਵਿੱਖ ਚੰਗਾ ਨਹੀਂ ਹੋਏਗਾ ਅੱਗੇ ਕਰਨੀ ਕੀਰਤ ਵਾਚੀ ਬੈ ਲੇਖਾ ਕਰ ਸਮਝਾਇਆ ਗੁਰੂ ਨੇ ਬੈਠ ਕੇ ਇਦਾਂ ਲੇਖਾ ਸਮਝਾਤਾ ਹਿਸਾਬ ਕਿਤਾਬ ਸਮਝਾਤਾ ਆ ਕਾਮ ਚ ਆ ਫਾਇਦਾਈ ਆ ਕਾਮ ਚ ਆ ਨੁਕਸਾਨ ਨਹੀਂ ਕਰਨਾ ਹੁਣ ਤੂੰ ਆ ਗੁਰਮਿਲ ਚਾਜਾ ਚਾਰ ਸੇਕ ਤੁਦ ਕਦੇ ਨਾ ਲੱਗੇ ਦੁੱਖ ਦਾ ਮਤਲਬ ਹੀ ਇਹ ਹੋਇਆ ਗੁਰੂ ਗੁਰੂ ਚੱਜ ਤੇ ਆਚਾਰ ਸਿਖਾਉਂਦਾ ਵੀ ਆਹ ਕੰਮ ਕਰਨਾ ਹੀ ਆਹ ਕੰਮ ਨਹੀਂ ਕਰਨਾ ਫੈਸਲਾ ਤੂੰ ਕਰਨਾ ਹੈ ਅੱਗੇ ਆਉਣ ਵਾਲੇ ਸਮੇਂ ਚ ਸਾਨੂੰ ਇੰਜ ਲੱਗਦਾ ਅੱਗੇ ਅਗਲੇ ਜਨਮ ਚ ਜਦੋਂ ਲੱਕੜਾਂ ਚ ਪਾੜ ਕੇ ਸਾੜਤਾ ਗੈਸ ਵਾਲੀ ਪੱਟੀ ਚ ਅੱਗ ਲੱਗ ਗਈ ਸਿਵੀਆਂ ਚਲੇ ਗਏ ਅੱਗੇ ਅੱਗੇ ਆਉਣ ਵਾਲੇ ਸਮੇਂ ਚ ਅੱਗੇ ਕਰਨੀ ਕੀਰਤ ਵਾਚੀ ਹੈ ਉਹ ਭਲੋ ਕਿਹੜੇ ਅੱਗੇ ਦੀ ਗੱਲ ਹੋ ਰਹੀ ਹੈ ਇੱਥੇ ਐਦਾਂ ਮੂੰਹ ਚੁੱਕਦੇ ਜਦੋਂ ਅਸੀਂ ਤਾਂ ਨੂੰ ਰੱਬ ਦੀ ਲੱਗਦਾ ਉਹਤੋਂ ਲਈ ਜਾਣੇ ਕਿੱਥੇ ਉੱਤੇ ਬੈਠਾ ਪਏ ਗੁਰੂ ਗ੍ਰੰਥ ਸਾਹਿਬ ਚ ਕੋਈ ਤੁਗ ਵਿਖਾ ਦਿਓ ਜਿੱਥੇ ਲਿਖਿਆ ਹੋਵੇ ਉੱਤੇ ਅੱਗੇ ਕਰਨੀ ਕੀਰਤਵਾਚੀ ਹੈ ਉਤਲਾ ਹੀ ਜਾਣੇ ਉਹ ਹੀ ਲੈ ਗਿਆ ਇਦਾਂ ਦਿਮਾਗ ਚ ਬਿਠਾਤਾ ਜਿਵੇਂ ਦਾ ਰਾਕੇਟ ਹੁੰਦਾ ਨਾ ਇਦਾਂ ਵੀ ਉਹ ਰੱਬ ਨੇ ਦਾ ਰਾਕੇਟ ਰੱਖਿਆ ਇਦਾਂ 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 ਦੀਆਂ ਕਹਾਣੀਆਂ ਬਣਾ ਬਣਾ ਛੜਤੀਆਂ ਕਈ ਤਾਂ ਇਦਾਂ ਦੇ ਕਪੜ ਮਾਰਦੇ ਵੇਖੋ ਜੀ ਇੱਕ ਬੰਦੇ ਦੀ ਡੈਥ ਹੋ ਗਈ ਉਹਦੇ ਪੈਰ ਦਾ ਅੰਗੂਠਾ ਲਿਆ ਉਹ ਫਿਰ ਵਾਪਸ ਆ ਗਿਆ ਜਿਹਨੂੰ ਉਹ ਸਸਕਾਰ ਕਰਨ ਲੱਗੇ ਫਿਰ ਉਹਨੇ ਕਿਹਾ ਉਹ ਰੱਬ ਨੂੰ ਭਲੇਖਾ ਪੈ ਗਿਆ ਮੇਰਾ ਨਾਮ ਦਰਸ਼ਨ ਸਿੰਘ ਆ ਖਾਣਾ ਉਹਨੇ ਦੂਜੇ ਪਿੰਡ ਦੇ ਦਰਸ਼ਨ ਸਿੰਘ ਨੂੰ ਸੀ ਉਹ ਭਲੇਖੇ ਨਾਲ ਮੈਨੂੰ ਲੈ ਗਿਆ ਵਾਹ 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 ਉਹਨੂੰ ਵੀ ਭਲੇਖੇ ਪੈ ਜਾਂਦੇ ਆ ਉਹ ਫਿਰ ਇਦਾਂ ਦੀਆਂ ਕਹਾਣੀਆਂ ਬਣਾਉਂਦਾ ਅੱਗੇ ਇਦਾਂ ਹੋਇਆ ਮੈਨੂੰ ਪੁੱਛਣ ਲੱਗੇ ਤੂੰ ਕਿਹੜੇ ਪਿੰਡ ਦਾ ਉਹਦੇ ਧਰਮਰਾਜ ਸੀ ਉਹ ਭਲੇਖੇ ਨਾਲ ਦੂਜਾ ਕਿ ਖਾਦੀ ਪੀਤੀ ਜ ਵੱਧ ਵੱਧ ਘਟ ਚੋ ਕੇ ਲੈ ਗਏ ਉਹਨੇ ਵੀ ਇਹ ਵੋਟਾਂ ਇਲੈਕਸ਼ਨ ਹੈ ਅਸੀਂ ਆਪਣੇ ਮੁਤਾਬਕ ਉਹਦੀ ਪਰਿਭਾਸ਼ਾ ਬਿਆਨ ਕਰਦੇ ਆਂ ਖਾਦੀ ਪੀਤੀ ਦੁਜੇ ਨੂੰ ਚੋਕੇ ਲੈ ਗਏ ਉਹ ਏਦਾਂ ਦੀ ਪਰਭਾਸ਼ਾ ਸਾਡੇ ਸਮਾਜ ਨੇ ਕਰ ਦਿੱਤੀ ਉਹ ਭੱਲਿਓ ਇੱਥੇ ਗੱਲ ਵਰਤਮਾਨ ਦੀ ਹੋ ਰਹੀ ਹੈ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਤੂੰ ਕਿੱਥੋਂ ਆਇਆ ਤੇ ਕਿੱਥੇ ਜਾਣਾ ਗੁਰੂ ਸਾਹਿਬ ਨੇ ਹੋਣ ਦੀ ਗੱਲ ਕਰ ਹੀਰਾ ਹੱਥ ਚੜਿਆ ਨਰਮੋਲਕ ਛੂਟ ਗਈ ਸੰਸਾਰੀ ਅੜਾ ਹੱਥ 'ਚ ਹੀਰਾ ਮਿਲਿਆ ਨਾ ਇਹਨੂੰ ਸਵਾਰ ਅੜਾ ਵਰਤਮਾਨ ਇੱਥੇ ਐ ਸਮੇਂ ਜਿਹੜੀ ਜ਼ਿੰਦਗੀ ਜੂਰੀਆਂ ਤੋਂ ਇਹਨੂੰ ਸਵਾਰ ਦੀ ਕੋਸ਼ਿਸ਼ ਕਰ ਅੱਗੇ ਕਰਨੀ ਕੀ ਜਿਵੇਂ ਮਾਂ ਬਾਪ ਧੀ ਨੂੰ ਸਮਝਾਉਂਦੇ ਪੁੱਤ ਅੱਗੇ ਤੇਰੀ ਕਰਨੀ ਵੇਖੀ ਜਾਣੀ ਆ ਗੁਣ ਵੇਖੇ ਜਾਣੇ ਆ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਨੇ ਆ ਪੁੱਤਰਾ ਗੁਣ ਵੇਖੇ ਜਾਣੇ ਤੇਰੇ ਕੁਆਲਟੀ ਚੰਗਾ ਨਾਮ ਰੱਖਿਆ ਗੱਲ ਨਹੀਂ ਬਣਨੀ ਕੰਮ ਚੰਗੇ ਕਰ ਨਾਮ ਆਪਣੇ ਆ ਬਣਨਾ ਹੈ। ਏਈ ਬੰਦੇ ਲਖੋ ਤੁਸੀਂ ਕੰਮ ਚੰਗਾ ਕਰੋ ਨਾਮ ਆਪਣੇ ਆ ਬਣੇਗਾ ਤੁਸੀਂ ਕੰਮ ਚੰਗੇ ਕਰੋ ਤੁਹਾਡੇ ਕੰਮਾਂ ਨੇ ਨਾਮ ਬਣਾਉਣਾ ਨਾਮ ਨੇ ਨਾਮ ਨਾਲ ਗੱਲ ਨਹੀਂ ਬਣਨੀ ਨਾਮ ਤੇ بڑے ਬੰਦੇ ਨੇ ਰੱਖੇ ਨਾ ਤੇ ਐਦਾਂ ਕਿਸੇ ਨੇ ਨਾਨਕ ਨਾਮ ਹੀ ਹੈਗਾ ਲੋਕਾਂ ਦਾ ਅੰਗਦ ਨਾਮ ਵੀ ਹੈਗਾ ਲੋਕਾਂ ਦਾ ਅਮਰਦਾਸ ਵੀ ਨਾ ਹੈਗਾ ਲੋਕਾਂ ਦਾ ਗੋਬਿੰਦ ਨਾਮ ਹੀ ਹੈਗਾ ਨਾਂ ਰੱਖਣ ਨਾਲ ਕੀ ਹੋਏਗਾ ਨਾ ਨਾ ਕੀ ਹੋ ਜਾਏਗਾ ਜੀ ਪੱਲਾ ਨਾਮ ਮੱਖਣ ਸੋ ਰੱਖਿਆ ਹੋਵੇ ਬੰਦਾ ਖੁਸ਼ਕ ਹੋਵੇ ਪੂਰਾ ਨੱਕ ਤੇ ਨਾਂ ਸਹਿਜ ਸਿੰਘ ਹੋਵੇ ਤੇ ਨੱਕ ਤੇ ਮੱਖੀ ਬਹਿਣ ਨਾ ਦੇਵੇ ਨਾ ਨਾ ਨਹੀਂ ਗੱਲ ਬਣਨੀ ਯਾਦ ਰੱਖਣਾ ਕਮਾਣਾ ਨਾਂ ਬਣਦੇ ਨਾਂ ਨਾਲ ਗੱਲ ਨਹੀਂ ਬਣਦੀ ਕੰਮ ਚੰਗੇ ਕਰੋ ਨਾਂ ਆਪਣੇ ਆਪ ਹੋਏਗਾ ਲੋਕ ਕਹਿਣਗੇ ਯਾਰ ਵਾਕਿਆ ਅੱਜ ਵਿੱਚ ਗੋਣਾ ਕੋਈ ਜਦੋਂ ਸਾਡੇ ਮਨ ਵਿੱਚ ਗੋਣ ਆਉਣਗੇ ਮਨ ਵਿੱਚ ਕੋਈ ਚੰਗੀ ਵਿਚਾਰ ਆਏਗੀ ਫਿਰ ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਗੁਰੂ ਨੇ ਈਦਾ ਬਿਠਾ ਕੇ ਨਾ ਈਦਾ ਗੁਰੂ ਬਿਠਾਉਂਦਾ ਤੇ ਗੁਰੂ ਕੋਲ ਤੇ ਬਹਿਣ ਨੂੰ ਤਿਆਰ ਹੀ ਨਹੀਂ ਅਸੀਂ ਗੁਰੂ ਕੋਲ ਤੇ ਬਹਿਣ ਨੂੰ ਤਿਆਰ ਹੀ ਨਹੀਂ ਗਰੰਥੀ ਸਿੰਘ ਆਵਾਜ਼ਾਂ ਮਾਰਦਾ ਭੌਰ ਉਸਤਾਦ ਦਿੱਤ ਪਾਖਿਆ ਬੋਲੇ ਗੁਰੂ ਭੌਰਾ ਤੇ ਰੋਜ਼ ਹੀ ਪਾਖਿਆ ਦਿੰਦਾ ਕਿਉਂ ਪੁੱਜੇ ਜਿੰਨਾ ਹੈ 부ਝਾਈ ਗੁਰੂ ਤਾਂ ਭੌਰਾ ਕਹਿੰਦਾ ਮਨ ਮੈਂਡਕ ਤੇਰੇ ਅੰਦਰ ਕਮਲ ਫੁੱਲ ਖਿੜਿਆ ਸੁਗੰਧੀ ਲੈ ਲਾ ਤੇ ਗੁਰੂ ਭੌਰਾ ਦੀ ਗੱਲ ਹੀ ਨਹੀਂ ਸੁਣਦਾ ਪੌਰ ਉਸਤਾਦ ਨੇ ਤਾਂ ਪਾਖਿਆ ਬੋਲੇ ਕਿਉਂ ਪੁੱਜੇ ਜਿੰਨਾ ਹੈ 부ਝਾਈ ਅੱਗੇ ਕਰਨੀ ਕੀਰਤ ਵਾਜੀਏ ਬਹਿ ਲਿਖਾ ਕਰ ਸਮਝਾਇਆ ਗੁਰੂ ਨੇ ਨਾ ਇਦਾਂ ਜਿਵੇਂ ਮਾਂ ਬਾਪ ਪੁੱਤ ਨੂੰ ਸਮਝਾਉਂਦੇ ਤਾਂ ਸਿੱਖ ਪੁੱਤ ਨੂੰ ਬੈਠ ਕੇ ਸਮਝਾਤਾ ਪੁੱਤ ਆਹ ਕੰਮ ਕਰਨ ਦਾ ਆ ਫਾਇਦਾ ਆ ਕੰਮ ਕਰਨ ਦਾ ਨੁਕਸਾਨ ਅਗੇ ਕਰਨ ਤੇਰੀ ਤੇਰੀ ਕਰਨੀ ਵੇਖੀ ਜਾਣੀ ਐ ਅਗੇ ਕਰਨੀ ਕੀਰਤ ਬਾਚੀ ਐ ਬੈ ਲੇਖਾ ਕਰ ਸਮਝਾਇਆ ਤੇ ਯਾਦ ਰੱਖੀ ਜੇ ਤੂੰ ਚੰਗੇ ਕੰਮ ਨਹੀਂ ਨਾ ਕਰੇਗਾ ਲ ਸਮਝਾ ਦਿੱਤੇ ਹੁਣ ਤੈਨੂੰ ਮੈਂ ਜੇ ਨਹੀਂ ਕਰੇਗਾ ਫਿਰ ਯਾਦ ਰੱਖੀ ਥਾਉ ਨਾ ਹੋਈ ਪੌਂਦੀ ਪੌਂਦੀ ਮੈਨੂੰ ਜੁੱਤੀਆਂ ਪੌਂਦੀ ਦਾ ਅਰਥ ਕੀ ਇਥੇ ਪੜ ਲਿਓ ਜੁੱਤੀਆਂ ਥਾਉ ਨਾ ਹੋਈ ਪੌਂਦੀ ਹੁਣ ਸੁਣੀਏ ਕਿਹਾਰੂ ਆਇਆ ਐਦਾਂ ਬਿਨਾਂ ਵਜ੍ਹਾ ਥੋੜਾ ਕਿਸੇ ਨੂੰ ਕੋਈ ਜੁੱਤੀ ਮਾਰਦਾ ਜੁੱਤੀ ਉਦੋਂ ਵੱਜਦੀ ਐ ਜਦੋਂ ਤੇਰੀ ਕਰਨੀ ਗਲਤ ਹੁੰਦੀ ਹੈ ਰਾਜਾ ਦੇ ਬੰਦੇ ਨੂੰ ਇਦਾਂ ਕੋ ਥੱਪੜ ਕਿਦਾਂ ਮਾਰੂਗਾ 100 ਗੱਲਾਂ ਕਰੂ ਅਗਲਾ ਹੁਣ ਮੈਂ ਕਈ ਵਾਰੀ ਉਦਾਹਰਨ ਦਿੱਤੀ ਹੈ ਵੀ ਇੱਕ ਬੰਦਾ ਹੁਣ ਤੁਸੀਂ ਵੇਖੋ ਤੁਸੀਂ ਕਿਸੇ ਗੁਰਦੁਆਰੇ ਗਏ ਜੇ ਤੁਸੀਂ ਕਿਸੇ ਸ਼ੌਪ ਤੇ ਜਾਂਦੇ ਜੇ ਹਰ ਦੁਕਾਨਦਾਰ ਕਸਟਮਰ ਦਾ ਸਤਿਕਾਰ ਕਰਦਾ ਉਹਨੂੰ ਪਤਾ ਵੀ ਇਹਦੇ ਸਿਰ ਤੇ ਮੇਰੀ ਸ਼ੌਪ ਹੈ ਪਰ ਜੇ ਉਹ ਚੋਰੀ ਕਰਦਾ ਫੜਿਆ ਜਾਏ ਅਗਲੇ ਬੰਨ ਵੀ ਲਿੰਦੇ ਕਿ ਰੀ ਥਮਲੇ ਨਾਲ ਤੇ ਪੁਲਿਸ ਨੂੰ ਕਾਲ ਕਰਦੇ ਆ ਤੇ ਪੁਲਿਸ ਆਉਣ ਤੋਂ ਪਹਿਲਾਂ ਪਹਿਲਾਂ ਸੇਵਾ ਸੇਵਾ ਵੀ ਕਰ ਰਹੇ ਨੇ ਥੋੜੀ ਬੋਤੀ ਕਈ ਵਾਰੀ ਅਕੜਦਾ ਤੇ ਫਿਰ ਸੇਵਾ ਵੀ ਕਰਦੇ ਹੁਣ ਉਹ ਕਵੇ ਮੈਨੂੰ ਜੁੱਤੀਆਂ ਪੈ ਗਈਆਂ ਜੁੱਤੀਆਂ ਤੇਰੀ ਕਰਨੀ ਨੇ ਪਵਾਈਆਂ ਤੈਨੂੰ ਕੌਣ ਕਸਟਮਰ ਕੌਣ ਦੁਕਾਨਦਾਰ ਚਾਹੁੰਦਾ ਮੈਂ ਆਪਣੇ ਗਾਹਕ ਦੇ ਗਲਪਾਂ ਬੇ ਕਿਹੜਾ ਕਿਹੜਾ ਬੱਸ ਦਾ ਮਾਲਕ ਚਾਹੁੰਦਾ ਮੈਂ ਆਪਣੀ ਸਵਾਰੀ ਦੇ ਗਲਪਾਂ ਤੂੰ ਗਲਤ ਅਰਤ ਕੀਤੀ ਹੋਣੀ ਹੈ ਤੈਨੂੰ ਤਾਂ ਹੀ ਕਿ ਨੈਕਟਰ ਨੇ ਬੋਂ ਫੜ ਕੇ ਥੱਲੇ ਲਾਇਆ ਇਹ ਬਤਦਾ ਵੀ ਤੇਰਾ ਖਸੂਰੀ ਕੋਈ ਨਹੀਂ ਹੈ ਕੋਈ ਨਾ ਕੋਈ ਤੇਰੀ ਗਲਤੀ ਤੇ ਹੋਏਗੀ ਨਾ ਅਕਸਰ ਥਾਉ ਨਾ ਹੋਵੇ ਹੁਣ ਕਿਹੜਾ ਕਿਹੜੇ ਸੌਰੇ ਚਾਹੁੰਦੇ ਜਵਾਈ ਦੇ ਚਾਰ ਛੱਤਰ ਮਾਰੀਏ ਪਰ ਜਦੋਂ ਜਾ ਕੇ ਤੂੰ ਆਪਣਾ ਰੂਪ ਹੁਣ ਅਗਲੇ ਕੰਦੇ ਆ ਜਾ ਫਿਰ ਤੈਨੂੰ ਹੁਣ ਵਿਖਾਉਨੇ ਤੇਰਾ ਰੂਪ ਵਿਖਾਉਨੇ ਤੈਨੂੰ ਅਸੀਂ ਕਈ ਸੋਹਰੇ ਕਈ ਕਈ ਕੁੜਮ ਕੁੜਮਾਂ ਕੋਲ ਘਰਾਂ ਸ਼ਤਰ ਖਾ ਕੇ ਆਉਂਦੇ ਉਹ ਜਦੋਂ ਮਿਲਣੀ ਹੋਈ ਸੀ ਉਦੋਂ ਇਦਾਂ ਕੁੜਮੋ ਕੁੜਮ ਆਈ ਆ ਰਾਮ ਜੀ ਤਾਂ ਚੋਕ ਵੀ ਲਿੰਦੇ ਸੀ ਕੁੜਮੋ ਕੁੜਮ ਨੂੰ ਇੱਕ ਦੂਜੇ ਨੂੰ ਹੁਣ ਥਾਂ ਨਾ ਹੋਈ ਪਉਂਦੀ ਲੜਕੀ ਦਾ ਬਾਪ ਲੜਕੇ ਦੇ ਬਾਪ ਦੇ ਇਦਾਂ ਮਿਲਣ ਗਿਆ ਉੱਥੇ ਆਪਣੇ ਧੀ ਦੇ ਜਦੋਂ ਗਿਆ ਸੋਹਰੇ ਮਿਲਣ ਗਿਆ ਉੱਥੇ ਇੱਕ ਰਾਤ ਰਿਹਾ ਦੋਵੇਂ ਪੀ ਰਹੇ ਕੁੜਮ ਕੁੜਮ ਪੀਂਦਿਆਂ ਪੀਂਦਿਆਂ ਗੱਲ ਕੋਹ ਜੀ ਕਹਿ ਦਿੱਤੀ ਰਾਤੀ ਅਗਲਿਆਂ ਨੇ ਚਤਰ ਆਪਰੇਟ ਕੀਤੀ ਹੁਣ ਧੀ ਵਿਚਾਰੀ ਕਸੂਤੀ ਫਸੀ ਐ ਇੱਕ ਬਨੇ ਮਾਂ ਬਾਪਾ ਇੱਕ ਬਨੇ ਪਤੀ ਐ ਹੁਣ ਜੇ ਇਥੋਂ ਜਾਂਦੀ ਅਗਲੇ ਕਦੇ ਯਾਦ ਰੱਖੀ ਕਦਮ ਪੁੱਟਣ ਲੱਗਿਆਂ ਸੋਚੀ ਜਰੂਰ ਮੁੜ ਕੇ ਨਾ ਇਸ ਘਰ ਵੱਲ ਮੂੰਹ ਕਰੀ ਉਹ ਵਿਚਾਰੀ ਡਬਲ ਮੈਂਟਡ ਐ ਦੁਬਧਾ ਵਿੱਚ ਪੈ ਗਈ ਵਿਚਾਰੀ ਇੱਕ ਬਨੇ ਮਾਂ ਬਾਪ ਇੱਕ ਬਨੇ ਪਤੀ ਦਾ ਘਰ ਐ ਜੁੱਤੀਆਂ ਕਿਉਂ ਪਈਆਂ ਕਿਤੇ ਨਾ ਕਿਤੇ ਆਪਣੀ ਗਲਤੀ ਹੈ ਥਾਂ ਉਹ ਨਾ ਹੋਵੇ ਪੌਂਦੀ ਹੁਣ ਸੁਣੀਏ ਕਿਆ ਰੁਆਇਆ ਤੇ ਜੁੱਤੀਆਂ ਪੁਆਇਆਂ ਕਹਿੰਨੇ ਅੰਦਰ ਬੈਠੇ ਵਕਾਰਾਂ ਨੇ ਜਿਨ੍ਹਾਂ ਨੇ ਮਨ ਨੂੰ ਅੰਨ੍ਹਾ ਕਰ ਦਿੱਤਾ ਮਨ ਅੰਧਾ ਜਨਮ ਗਵਾਇਆ ਮਨ ਅੰਧੇ ਨੇ ਜਨਮ ਗਵਾਤਾ ਸਮਝ ਲੱਗੀ ਗੁਰੂ ਪਿਆਰਿਓ ਕੁਝ ਇਹ 3 ਨੰਬਰ ਪੌੜੀ ਹੈ ਆਸਾ ਕੀ ਵਾਰ ਬਾਣੀ ਦੀ 3 ਨੰਬਰ ਪੌੜੀ ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਪੌਰਸਦਾਇਆ ਮਨ ਅੰਧਾ ਭੋਗਾਂ ਚ ਪੈ ਪੈ ਕੇ ਜੀਵ ਅੰਧੇ ਨજર ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਪੌਰਸਦਾਇਆ ਵੱਡਾ ਹੋਆ ਦੁਨੀਦਾਰ ਇਹ ਦੁਨੀਦਾਰ ਬੰਦਾ ਜਾਨੀ ਕਿ ਦੁਨੀਆ ਨਾਲ ਜੁੜਿਆ ਬੰਦਾ ਜਾਨੀ ਕਿ ਵਿਸ਼ਿਆਂ ਵਕਾਰਾਂ ਚ ਪਿਆਪ ਬੰਦਾ ਅੰਨੇ ਮਨ ਵਾਲਾ ਬੰਦਾ ਵੱਡਾ ਹੋ ਗਿਆ ਮਰ ਗਿਆ ਜਮੀਰ ਮਰ ਗਈ ਭਸਮੜ ਮਿੱਟੀ ਦੀ ਢੇਰੀ ਬਣ ਗਿਆ ਪੌਰਸ ਦਾ ਆਂਦਰੋ ਜਮੀਰ ਰੂਪੀ ਪੌਰ ਉਡਾਰੀ ਮਾਰ ਗਿਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਔਗਣਾਂ ਦਾ ਸੰਗਲ ਆਣ ਕੇ ਗਲ ਪੈ ਗਿਆ ਨਾਨਕ ਔਗਣ ਜਿਤੜੇ ਤੇਤੇ ਗਲਿੰ ਜੰਦੀਰ ਗਲ ਸੰਗਲ ਘੱਤ ਚਲਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਤੇ ਕਿੰਨੇ ਪਿਆਰੇ ਸ਼ਬਦ ਕਹਤੇ ਕਹਿੰਦੇ ਅੱਗੇ ਕਰਨੀ ਕੀਰਤ ਵਾਚੀਏ ਪਹਿਲੇਖਾ ਕਰ ਸਮਝਾਇਆ ਗੁਰੂ ਨੇ ਆਪਣਾ ਰੋਲਾ ਦਾ ਕਰ ਦਿੱਤਾ ਇਦਾਂ ਬੈਠ ਕੇ ਸਮਝਾ ਦਿੱਤਾ ਕਿ ਤੇਰੀ ਕਰਨੀ ਵੇਖੀ ਜਾਣੀ ਏ ਤੇਰਾ ਕਰੈਕਟਰ ਵੇਖਿਆ ਜਾਣਾ ਚਮਕ-ਦਮਕ ਨਹੀਂ ਵੇਖੀ ਜਾਣੀ ਪੈ ਲੇਖਾ ਕਰ ਸਮਝਾਇਆ ਥਾਉ ਨਾ ਹੋ ਗਈ ਪੌਂਦੀ ਤੇ ਜੇ ਤੂੰ ਨਾ ਆਪਣੀ ਕਰਨੀ ਚੰਗੀ ਬਣਾਈ ਤੇ ਜੁੱਤੀਆਂ ਪੈਣ ਨੂੰ ਫਿਰ ਕੋਈ ਜਗ੍ਹਾ ਨਹੀਂ ਮਿਲਣੀ ਪਾਵ ਜੁੱਤੀਆਂ ਤੋਂ ਬਚਣ ਨੂੰ ਕੋਈ ਜਗ੍ਹਾ ਮਿਲਣੀ ਥਾਉ ਨਾ ਹੋਵੇ ਹੀ ਪੌਂਦੀ ਹੁਣ ਸੁਣੀਏ ਕਿਆ ਰੁਆਇਆ ਤੇਰਾ ਰੋਣਾ ਧੋਣਾ ਕਿਸੇ ਨੇ ਨਹੀਂ ਸੁਣਨਾ ਮਨੰਦਾ ਹੈ ਜਨਮ ਗਵਾਇਆ ਇਸ ਮਨੰਨੇ ਨੇ ਆਪਣਾ ਜਨਮ ਗਵਾ ਲਿਆ ਆਉ ਇਸ ਮਨ ਨੂੰ ਨਾ ਨਾਰਾਇਣ ਦੀਏ ਇਸ ਮਨ ਨੂੰ ਸੁਜਾਖਾ ਬਣਾਈਏ ਮਨ ਨੂੰ ਗੁਰੂ ਦੇ ਰਸਤੇ ਤੇ ਤੋਰੀਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵਾਲਾ ਇਹਨੂੰ ਅਸਲੀ ਘਰ ਨਾਲ ਜੋੜੀਏ ਏਦਾਂ ਬਾਣੀ ਪੜਦੇ ਜਾਈਏ ਸਮਝਦੇ ਜਾਈਏ ਤਾਂ ਕਿ ਸਾਡੀ ਜ਼ਿੰਦਗੀ ਵਿੱਚ ਗੁਰੂ ਦੀ ਬਾਣੀ ਦੀ ਸਿੱਖਿਆ ਅਸਰ ਕਰ ਸਕੇ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਗੁਰੂ ਦੀ ਬਾਣੀ ਖੁਦ ਪੜੋ ਸਹਿਜ ਪਾਠ ਕਰੋ ਜੋ ਅਸੀਂ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਸ ਦਾ ਕੋਈ ਤਲਾ ਫੈਸਲਾ ਨਹੀਂ ਵਿਚਾਰ ਕੇ ਵੇਖਿਓ ਬਾਣੀ ਦੀ ਉਹ ਵਿਚਾਰ ਜਿਹੜੀ ਪ੍ਰੈਕਟੀਕਲ ਹੋਵੇ ਪਾਣੀ ਪ੍ਰੈਕਟੀਕਲ ਜਿਹੜਾ ਸਾਡਾ ਬੱਚਾ ਨੌਜਵਾਨ ਵਰਗ ਇਹਨਾਂ ਨੂੰ ਕਮਾ ਸਕੇ ਇਹ ਪ੍ਰੈਕਟੀਕਲ ਬਾਣੀ ਦੀਆਂ ਵਿਚਾਰਾਂ ਨੇ ਇਹ ਕੋਈ ਗੱਪ ਕਹਾਣੀਆਂ ਨਹੀਂ ਹੈਗੀਆਂ ਵੀ ਅੱਗੇ ਨਰਕ ਹੈ ਅੱਗੇ ਸਵਰਗ ਹੈ ਸਭ ਕੁਝ ਇੱਥੇ ਹੈ ਇਸ ਜੀਵਨ ਨੂੰ ਸਵਾਰਨ ਇਹ ਜੱਗ ਸੱਚੇ ਦੀ ਕੋਠੜੀ ਨੂੰ ਸੱਚੇ ਦੀ ਕੋਠੜੀ ਨੂੰ ਸਾਫ਼ ਬਣਾਉਣ ਵਿੱਚ ਅਸੀਂ ਮਨ ਨੂੰ ਸੁਜਾਖਾ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਮਨ ਨਾ ਹੋਏਗਾ ਜੱਗ ਦੀ ਕੋਠੜੀ ਇਸ ਸੱਚੇ ਦੀ ਕੋਠੜੀ 'ਚ ਗੰਦ ਪਵੇਗਾ ਮਨ ਸੁਜਾਖਾ ਹੋਏਗਾ ਤੇ ਇਸ ਸੱਚੇ ਦੀ ਕੋਠੜੀ ਨੂੰ ਸਵਾਰਨ ਵਿੱਚ ਵੀ ਅਸੀਂ ਆਪਣਾ ਯੋਗਦਾਨ ਪਾਵਾਂਗੇ ਸਾਰਿਆਂ ਦਾ ਧੰਨਵਾਦ ਜੀ ਬਾਣੀ ਖੁਦ পড়ੋ ਸਮਝੋ ਵਿਚਾਰੋ ਤੇ ਆਪਣੇ ਗੁਰੂ ਤੇ ਮਾਣ ਕਰੋ ਤੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝੋ ਇਸ ਸੱਚੇ ਦੀ ਕੋਠੜੀ 'ਚ ਸਾਨੂੰ ਰਹਿਣ ਦਾ ਜਿੰਨਾ ਵੀ ਸਮਾਂ ਮਿਲੇ ਕਿੰਨਾ ਮਿਲੇ ਇਹ ਵਕਤ ਬਾਅਦ ਦੀਆਂ ਗੱਲਾਂ ਨੇ ਪਰ ਜਿੰਨਾ ਵੀ ਮਿਲੇ ਇਹਨੂੰ ਸਵਾਰਨ ਵਿੱਚ ਆਪਣਾ ਯੋਗਦਾਨ ਪਾਓ ਤਾਂ ਕਿ ਸੱਚੇ ਨੂੰ ਅਸੀਂ ਚੰਗੇ ਲੱਗ ਸਕੀ ਜਿਹੜਾ ਸਾਡੇ ਵਿੱਚ ਸਮਾਇਆ ਹੋਇਆ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ